ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਰਣੀਕੇ ਵਾਲਾ ਕਾਜੂ ਕਮਾਲ ਦਾ ਜਾਫੀ ਬੜਾ ਤੇਜ਼ ਤਰਾਰ ਹੈ ਲੱਗ ਗਿਆ ਕਹਿੰਦੇ ਉਹ ਧਰਿਆ ਹੋਇਆ ਦੌੜ ਦੇ ਹੱਥ ਵੱਜ ਗਈ ਕੈਂਚੀ। ਸਤਿ ਸ਼੍ਰੀ ਅਕਾਲ ਦੋਸਤੋ, ਬੈਸਟ ਮੈਚਾਂ ਦੀ ਲੜੀ ਦੇ ਵਿੱਚ ਆ ਵਾਲਾ ਜਿਹੜਾ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇਹ ਅਮਰਗੜ੍ਹ ਮਲੇਰਕੋਟਲਾ ਦੇ ਕਬੱਡੀ ਕੱਪ ਦਾ ਹੈ। ਦੋਸਤੋ ਇੱਥੇ ਹਰਜੀਤ ਬਰਾੜ ਯਾਦਗਾਰੀ ਕਬੱਡੀ ਕੱਪ ਕਰਵਾਇਆ ਗਿਆ 31 ਮਾਰਚ 2019 ਨੂੰ। ਦੋਸਤੋ ਇਹ ਸੈਮੀਫਾਈਨਲ ਮੈਚ ਹੈ ਜਿਹਦੇ ਵਿੱਚ ਇੱਕ ਪਾਸੇ ਭਗਵਾਨਪੁਰ ਦੀ ਟੀਮ ਔਰ ਦੂਸਰੇ ਪਾਸੇ ਮੌੜਾਂ ਦੀ ਟੀਮ ਖੇਡੀ। ਭਗਵਾਨਪੁਰ ਦੇ ਵਿੱਚ ਖੇਡਣ ਵਾਲੇ ਜੇ ਮੈਂ ਖਿਡਾਰੀਆਂ ਦੀ ਗੱਲ ਕਰਾਂ ਤਾਂ ਰਾਜੂ ਕੋਟਲਾਪੜੀ, ਗੱਜਣ ਡੇਰਾ, ਬਾਬਾ ਨਾਨਕ, ਭੂਰੀ ਛੰਨਾ, ਲੱਖਾ ਚੀਮਾ, ਛਪਿੰਦਰ ਮਨਾਣਾ ਔਰ ਆਸ਼ੂ ਝਨੇਰ, ਜੋਤ ਰਾਮਗੜ੍ਹ ਸਰਦਾਰਾਂ ਔਰ ਜੀਤ ਕੋਟਲੀ ਵਰਗੇ ਖਿਡਾਰੀ ਜਿਹੜੇ ਹੈ ਉਹ ਭਗਵਾਨਪੁਰ ਦੀ ਟੀਮ ਦੇ ਵਿੱਚ ਖੇਡੇ ਔਰ ਮੌੜਾਂ ਦੇ ਟੀਮ ਦੇ ਵਿੱਚ ਖੇਡਣ ਵਾਲੇ ਜਿਹੜੇ ਖਿਡਾਰੀ ਸੀ ਉਹਨਾਂ ਦੇ ਵਿੱਚ ਭੋਲਾ ਰਸੂਲਪੁਰ ਜੰਡੀ, ਤਾਜਾ ਕਾਲਾ ਸੰਘਿਆ, ਕਿੰਦੀ ਜੋਧਾ, ਕਾਲਾ ਟੰਡੋਲੀ, ਕਾਜੂ ਰਣੀਕੇ, ਸੀਰਾ ਕੋਟਲੇ ਵਾਲਾ, ਸਤਨਾਮ ਖੇੜੀ ਚਹਿਲ ਔਰ ਪ੍ਰਦੀਪ ਤੂਫਾਨ ਵਰਗੇ ਖਿਡਾਰੀ ਜਿਹੜੇ ਇਹ ਸਨ ਜਿਹੜੇ ਮੌੜਾਂ ਦੀ ਟੀਮ ਦੇ ਵਿੱਚ ਖੇਡ ਰਹੇ ਨੇ। ਮੈਚ ਦਾ ਆਨੰਦ ਮਾਣੋ ਔਰ ਕਿਹੜੇ ਕਿਹੜੇ ਤੁਹਾਡੇ ਪਸੰਦੀਦਾ ਖਿਡਾਰੀ ਇਸ ਮੈਚ ਦੇ ਵਿੱਚ ਖੇਡੇ ਉਹਨਾਂ ਦੇ ਨਾਮ ਤੁਸੀਂ ਕਮੈਂਟ ਬਾਕਸ ਨਾਲ ਦੀ ਨਾਲ ਲਿਖਦੇ ਰਹੋ। ਆਨੰਦ ਮਾਣੋ ਇਸ ਮੈਚ ਦਾ। ਸੋ ਬੜਾ ਵਧੀਆ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਗੱਜਣ ਕਿ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਡੋਲਿਆਂ ਨੂੰ ਯਾਰੋ ਹੱਥ ਨਾ ਪੈਂਦੇ। ਇਹ ਕਿਹੜੇ ਪਿੰਡ ਦਾ ਗੱਭਰੂ? ਲੋਕੀ ਉਂਗਲਾ ਕਰ ਕਰ ਪੁੱਛਦੇ ਐ। ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨੀ ਬੁੱਕਦੇ ਐ। ਦੁਨੀਆਂ ਗੱਲਾਂ ਕਰਦੀ ਐ ਵੀ ਗੱਜਣ ਡੇਰਾ ਬਾਬਾ ਨਾਨਕ ਵਾਲਾ ਟੌਪ ਦਾ ਰੇਡਰ ਹੈ, ਮਾਝੇ ਦੀ ਧਰਤੀ ਦਾ। ਮੇਰੇ ਵੀਰੋ ਸਰਹੱਦ ਤੇ ਪਿੰਡ ਪੈਂਦਾ ਡੇਰਾ ਬਾਬਾ ਨਾਨਕ, ਇਸ ਨੌਜਵਾਨ ਦਾ ਮੇਰੇ ਵੀਰੋ। ਆਓ ਗੱਜਣ ਦੀ ਰੇਡ, ਤਾੜੀਆਂ ਜ਼ੋਰਦਾਰ ਮਾਰ ਦਿਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ। ਸੁੱਖੀ ਘੁੰਮਣ ਜੀ USA, ਗਗਨਦੀਪ ਸਿੰਘ ਜੀ ਵਿਸਕੀ ਕੈਨੇਡਾ, ਬਿਕਰਮਜੀਤ ਉਹਨਾਂ ਦੇ ਭਰਾ ਨੇ, ਨਰਿੰਦਰ ਸਿੰਘ ਜੀ ਰਾਜੂ ਉਹਨਾਂ ਦਾ, ਮਾਸਟਰ ਗੁਰਦੀਪ ਸਿੰਘ ਜੀ ਟਿਵਾਣਾ ਉਹਨਾਂ ਦਾ, DP ਸਾਹਿਬ ਦਾ, ਅੰਮ੍ਰਿਤਪਾਲ ਜੀ ਉਹਨਾਂ ਦਾ ਧੰਨਵਾਦ। ਲਓ ਗੱਜਣ ਦੀ ਪਹਿਲੀ ਰੇਡ ਤੇ ਰਣੀਕੇ ਵਾਲਾ ਕਾਜੂ ਇਸੇ ਇਲਾਕੇ ਦੇ, ਕਹਿੰਦੇ ਰਣੀਕੇ ਪਿੰਡ ਦਾ ਜੰਪਲ ਹੈ, ਧੂਰੀ ਦੀ ਬੁੱਕੜ ਦੇ ਵਿੱਚ ਵਸਿਆ ਰਣੀਕੇ ਪਿੰਡ ਹੈ। ਔਰ ਗੱਜਣ ਡੇਰਾ ਬਾਬਾ ਨਾਨਕ ਵਾਲਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਕਾਲਾ ਕਬੱਡੀ ਪਾ ਰਿਹਾ। ਵਿਦੇਸ਼ਾਂ ਵਾਲੇ ਨੇ ਆਪਣੇ ਮੋਟਰਸਾਈਕਲ ਤੇ ਸਰਬਸੰਮਤੀ ਲਿਖਿਆ ਕਿਉਂਕਿ ਨਗਰ ਨੇ ਸਰਬਸੰਮਤੀ ਦੇ ਨਾਲ ਪੰਚ ਚੁਣਿਆ, ਪਿੰਦਰੀ ਨੂੰ ਸਰਪੰਚ ਚੁਣਿਆ ਮੇਰੇ ਵੀਰੋ ਨਗਰ ਨੇ। ਪਿੰਡ ਦੇ ਵਿੱਚ ਵੱਡਾ ਟੂਰਨਾਮੈਂਟ ਜਿਹੜਾ ਰੂਲ ਐਂਡ ਰੈਗੂਲੇਸ਼ਨ ਦਾ ਕਰਵਾਇਆ, ਬਹੁਤ ਬਹੁਤ ਧੰਨਵਾਦ। ਲਓ ਕਾਲਾ ਤਿਆਰ ਜਾਂ ਫਿਰ ਚਾਰ ਤਿਆਰ ਨੇ, ਕੋਟਲੀ ਵਾਲਾ ਜੀਤ ਤਿਆਰ ਹੈ, ਸੁਪਿੰਦਰ ਮਨਾਣਾ ਤਿਆਰ ਹੈ, ਦਿਲਵਰ ਦਾ ਮੁੰਡਾ ਕਹਿੰਦੇ ਆਸ਼ੂ ਤਿਆਰ ਹੈ ਤੇ ਦੂਜਾ ਪਾਲਾ ਕਹਿੰਦੇ ਲੱਖੇ ਚੀਮਿਆਂ ਵਾਲੇ ਨੂੰ ਤਿਆਰ ਵਰ ਤਿਆਰ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਦੀ ਟੀਮ ਦੇ। ਲਓ ਉਧਰੋਂ ਸੁਰਿੰਦਰਪਾਲ ਸਿੰਘ ਜੀ ਟੋਨੀ ਕਾਲ ਖਾਏ ਹੋਏ ਨੇ, ਇਹ ਚੰਨੇ ਕਾਲਖਵਾਲ ਦੀ ਟੀਮ ਦੇ ਲਈ ਖੇਡਿਆ ਕੈਨੇਡਾ ਦੇ ਐਡਮਿੰਟਨ ਦੇ ਕਬੱਡੀ ਕੱਪਾਂ ਦੇ ਉੱਤੇ ਮੇਰੇ ਵੀਰਿਓ। ਕਾਲਾ ਕਹਿੰਦੇ ਢੰਡੋਲੀ ਖੁਰਦ ਵਾਲਾ ਰੇਡ ਪਾ ਰਿਹਾ ਤੇ ਦੂਜੇ ਬੰਦੇ ਵੇਖਾਂਗੇ ਕਹਿੰਦੇ ਜੀਤ ਕੋਟਲੀ ਵਾਲਾ ਤੇ ਪੁਆਇੰਟ ਜਿਹੜਾ ਮੇਰੇ ਵੀਰਿਓ ਕਾਲੇ ਨੇ ਜੋੜ ਦਿੱਤਾ। ਭੂਰੀ ਛੰਨਾ ਵਾਲਾ ਕਹਿੰਦੇ ਜ਼ਿਲ੍ਹੇ ਬਰਨਾਲੇ ਦੀ ਉਹ ਧਰਤੀ ਹੈ, ਇੱਕ ਜ਼ਿਲ੍ਹੇ ਪਟਿਆਲੇ ਦੀ ਧਰਤੀ ਪਾਲੀ ਦਾ ਛੰਨਾ ਪਿੰਡ। ਲਓ ਜ਼ਿਲ੍ਹੇ ਬਰਨਾਲੇ ਵਾਲਾ ਕਹਿੰਦੇ ਭੂਰੀ, ਯੂਰਪ ਦੇ ਕਹਿੰਦੇ ਮੇਲਿਆਂ ਦਾ ਐਨ ਬੈਸਟ ਰਿਹਾ ਰੁਪਿੰਦਰ ਦੇ ਨਾਲ ਮਿਲ ਕੇ। ਲਓ ਸਾਹਮਣੇ ਭੂਰੀ ਦੀ ਰੇਡ, ਸਤਨਾਮ ਖੇੜੀ ਚਹਿਲਾਂ ਦਾ ਤੇ ਰਣੀਕਿਆਂ ਵਾਲਾ ਕਾਜੂ ਆ ਤੇ ਪੁਆਇੰਟ ਕਹਿੰਦੇ ਭੂਰੀ ਨੇ ਜੋੜ ਦਿੱਤਾ। ਐਨ ਅਗਲੀ ਰੇਡ ਕਹਿੰਦੇ ਰਸੂਲਪੁਰ ਜੰਡੀ ਵਾਲਾ ਭੋਲੂ ਮੇਰੇ ਵੀ ਉਹ ਪਾ ਰਿਹਾ। ਉਧਰੋਂ ਬਿਕਰਮਜੀਤ ਸਿੰਘ ਜੀ ਬਿੱਕਾ ਬਾਈ ਖੁਸ਼ ਨੇ। ਲਓ ਭੋਲੇ ਦੀ ਰੇਡ, ਲੱਖਾਂ ਚੀਮਿਆਂ ਵਾਲਾ ਜੀਤ ਨਾਲ ਛਪਿੰਦਰ ਮਨਾਣੇ ਵਾਲਾ ਖੇਡ ਮੈਦਾਨ ਦੇ ਵਿੱਚ ਪੁਆਇੰਟ ਭੋਲੂ ਨੇ ਜੋੜ ਦਿੱਤਾ। ਲਓ ਭੋਲਾ ਜੰਡੀ ਵਾਲਾ, ਰਸੂਲਪੁਰ ਜੰਡੀ ਪਿੰਡ ਹੈ,
ਲਓ ਬਿੱਲਾ ਜਾੜ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਸਿੱਖੀ ਸਰੂਪ ਦੇ ਵਿੱਚ ਕਿ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਉਹਨਾਂ ਵਰਗਾ ਹੋਣਾ ਜੁਗਾਂ ਜੁਗਾਂ ਤੱਕ ਰਹਿਣਗੀਆਂ ਯਾਦਾਂ ਉਸ ਦਰਵੇਸ਼ ਦੀਆਂ ਕੌਣ ਕਰੂਗਾ ਰੀਸਾ ਕਲਗੀਧਰ ਦਸ਼ਮੇਸ਼ ਦੀਆਂ ਕੌਣ ਕਰੂਗਾ ਰੀਸਾ ਕਲਗੀਧਰ ਦਸ਼ਮੇਸ਼ ਦੀਆਂ ਲਓ ਬਿੱਲੇ ਜਾਲ ਦੀ ਕਬੱਡੀ ਸਤਨਾਮ ਖੇੜੀ ਚਹਿਲਾ ਵਾਲਾ ਇੱਕ ਪਾਸੇ ਸ਼ੇਰਪੁਰ ਕਾਤਰਾਂ ਦਾ ਏਰੀਆ ਔਰ ਦੂਜੇ ਪਾਸੇ ਮਾਝੇ ਦੀ ਧਰਤੀ ਦਾ ਮਜਹਿਲ ਹੈ ਇੱਕ ਪਾਸੇ ਮਲਵਈ ਹੈ ਔਰ ਦੂਜੇ ਪਾਸੇ ਮਜਹਿਲ ਹੈ ਲੱਗਿਆ ਪਿਆ ਜ਼ੋਰ 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 ਜਵਾਨੀ ਜ਼ੋਰ ਜਵਾਨੀ ਜ਼ੋਰ ਜਵਾਨੀ ਜ਼ੋਰ ਜਵਾਨੀ ਮੁਕਾਬਲਾ ਸਖਤ ਨੰਬਰ ਬਿੱਲਾ ਹੀ ਦੱਸੂ ਵੀ ਨੰਬਰ ਬਿੱਲੇ ਦਾ ਬਿੱਲੇ ਨੇ ਨੰਬਰ ਬਿੱਲੇ ਦੇ ਹੱਕ ਦੇ ਵਿੱਚ ਜੋੜ ਦਿੱਤਾ ਕਿ ਅਣਖੀ ਸੂਰਮੇ ਅਣਖ ਨਹੀਂ ਮਰਨ ਦਿੰਦੇ ਤੱਕ ਲਓ ਜਿਗਰੇ ਪੰਜਾਬੀਆਂ ਦੇ ਝੰਡੇ ਝੂਲਦੇ ਹਿੰਮਤੀ ਯੋਧਿਆਂ ਦੇ ਕਲਗੀਆਂ ਵਾਲੇ ਦੀ ਮਿਹਰ ਪੰਜਾਬੀਆਂ ਤੇ ਰਾਜੇ ਖੇਲੇ ਧਰਤੀ ਧੱਕ ਧੱਕ ਕਰਦੀ ਜਦੋਂ ਹੁੰਦੇ ਨੇ ਭੇੜ ਪੰਜਾਬੀਆਂ ਦੇ ਜਦੋਂ ਹੁੰਦੇ ਨੇ ਭੇੜ ਪੰਜਾਬੀਆਂ ਦੇ ਲਓ ਪ੍ਰਦੀਪ ਸਿੰਘ ਤੂਫਾਨ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਸੁੱਖਾ ਜੋੜੇ ਸਿੰਘੇ ਵਾਲਾ ਖੋਖਰ ਫੌਜੀਆਂ ਵਾਲੇ ਮਨਜੀਤ ਸਿੰਘ ਦਾ ਚੰਡਿਆ ਹੋਇਆ ਖਿਡਾਰੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਵਧਿਆ ਹੋਇਆ ਸੁੱਖਾ ਜੋੜੇ ਸਿੰਘੇ ਪਿੰਡ ਵਾਲਾ ਕੋਟੜੇ ਦਾ ਸ਼ੀਰਾ ਤਿਆਰ ਹੈ ਆਓ ਕੋਟੜੇ ਵਾਲਾ ਸ਼ੀਰਾ ਜਿਹੜੇ ਮਾਨਸਾ ਦੀ ਧਰਤੀ ਭੀਖੀ ਦੇ ਲਾਗੇ ਪਿੰਡ ਔਰ ਦੂਜੇ ਪਾਸੇ ਕਹਿੰਦੇ ਬਿੱਲਾ ਸੋਰੀ ਸੁੱਖਾ ਸੁੱਖਾ ਟੱਕਿਆ ਗਿਆ ਕੈਂਚੀ ਵੱਜ ਗਈ ਅਮਰਗੜ੍ਹ ਵਾਲੇ ਉਹ ਤਾਰੀਆਂ ਬਾਰੇ ਕੀ ਖਿਆਲ ਆ ਫਿਰ ਕਹਿੰਦੇ ਸਿਰੇ ਦਾ ਜੱਫਾ ਕੋਟੜੇ ਵਾਲੇ ਸ਼ੀਰੇ ਦਾ ਮੇਲਾ ਨੱਚ ਉੱਠਿਆ ਮੇਰੇ ਵੀਰੇ ਅਮਰਗੜ੍ਹ ਦੀ ਉਹ ਧਰਤੀ ਹੈ ਇਹ ਗਰਾਉਂਡ ਦੇ ਵਿੱਚ ਦੁਨੀਆ ਦੇ ਸਮੇਂ ਸਮੇਂ ਦੇ ਸਟਾਰ ਖੇਡੇ ਨੇ ਦੇਵੀ ਦਿਆਲ ਵਰਗੇ ਫਿੱਡੂ ਕਹਿੰਦੇ ਦੁਨੀਆ ਦਾ ਮਹਾਨ ਰੁਸਤਮ ਰਿਹਾ ਟਾਂਡੀ ਵਾਲਾ ਹਰਜੀਤ ਬਰਾੜ ਵੀ ਖੇਡਿਆ ਤੇ ਦੁਨੀਆ ਦੇ ਸਟਾਰ ਜੱਸੇ ਮੰਡੀਆਂ ਵਰਗੇ ਲਓ ਕਹਿੰਦੇ ਕਾਲੇ ਸੰਘਿਆਂ ਵਾਲਾ ਤਾਜਾ ਰੇਡ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਕਾਕਾ ਨਾਰੀਕਾ ਵਾਲਾ ਪੁੱਜਾ ਆਪਣੇ ਸਮੇਂ ਦਾ ਖਿਡਾਰੀ ਤੇ ਨਾਲ ਰੀਤ ਬਾਈ ਹੁਣੀ ਵੱਡਾ ਧੰਨਵਾਦ ਹੈ ਲਓ ਸਾਹਮਣੇ ਕਹਿੰਦੇ ਨੌਜਵਾਨ ਤਾਜਾ ਕਾਲੇ ਸੰਘਿਆਂ ਵਾਲਾ ਤਾਜਾ ਕਾਲੇ ਸੰਘਿਆਂ ਵਾਲਾ ਨੌਜਵਾਨ ਗੱਭਰੂ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਤਾਜਾ ਕਾਲੇ ਸੰਘਿਆਂ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਅਗਲੀ ਰੇਡ ਨੌਜਵਾਨ ਗੱਜਣ ਡੇਰਾ ਬਾਬਾ ਨਾਨਕ ਦਾ ਕਹਿੰਦੇ ਜਿਹੜੇ ਗੱਜਦੇ ਆ ਉਹ ਵਰਦੇ ਨਹੀਂ ਪਰ ਆ ਗੱਜਦਾ ਵੀ ਹੈ ਇਹ ਵਰਦਾ ਵੀ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਰਣੀਕੇ ਵਾਲਾ ਕਾਜੂ ਕਮਾਲ ਦਾ ਜਾਫੀ ਬੜਾ ਤੇਜ਼ ਤਰਾਰ ਹੈ ਲੱਗ ਗਿਆ ਕਹਿੰਦੇ ਉਹ ਧਰਿਆ ਹੱਥ ਤੌਰ ਤੇ ਹੱਥ ਵੱਜ ਗਈ ਕੈਂਚੀ ਆਓ ਸਵਾਦ ਖੇਡ ਕਬੱਡੀ 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 ਉਹ ਸਵਾਦ ਆਇਆ ਅਮਰਗੜ੍ਹ ਵਾਲਿਓ ਟੱਕਰ ਸਿਰੇ ਦੀ ਹੈ ਕਹਿੰਦੇ ਹਿੰਮਤਾਂ ਦੇ ਸਦਕਾ ਨੇ ਪੁਲ ਵੱਜਦੇ ਪੰਜਾਂ ਦੇ ਪੰਜਾਬ ਵਿੱਚ ਪਾਣੀ ਵਗਦੇ ਗੱਲ ਨਾ ਸਿਆਣੇ ਦੀ ਗੁੱਸੇ 'ਚ ਡੱਕੀਏ ਰਾਜੇ ਖੇਲੇ ਯਾਰੀ 'ਚ ਨਾ ਮਾੜਾ ਤੱਕੀਏ ਰਾਜੇ ਖੇਲੇ ਯਾਰੀ 'ਚ ਨਾ ਮਾੜਾ ਤੱਕੀਏ ਆਓ ਸੁਪਿੰਦਰ ਮਨਾਣੇ ਵਾਲਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰ ਗਿਆ ਮੂਵ ਸਪਰੇ ਜੇਕਰ ਹੋਵੇ ਤਾਂ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦੀ ਕਰ ਦੇਣ ਸਾਡੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਆਹ ਭੂਰੀ ਹੈ ਇਹਦਾ ਫਤਿਹਗੜ੍ਹ ਛੰਨਾ ਪਿੰਡ ਹੈ ਇਹਦਾ ਕਹਿੰਦੇ ਮੇਰੇ ਵੀਰੋ ਹੰਡਿਆਏ ਦੇ ਲਾਗੇ ਜਿੱਥੇ ਬਲਕਾਰ ਕੰਬਾਈਨਾਂ ਬਣਦੀਆਂ ਜਿੱਥੇ ਸਟੈਂਡਰਡ ਕੰਬਾਈਨਾਂ ਬਣਦੀਆਂ ਉੱਥੋਂ ਕਹਿੰਦੇ ਕੁਝ ਕਿਲੋਮੀਟਰ ਦੀ ਦੂਰੀ 'ਤੇ ਫਤਿਹਗੜ੍ਹ ਛੰਨਾ ਪਿੰਡ ਹੈ ਔਰ ਦੂਜੇ ਪਾਸੇ ਕਮਾਲ ਦਾ ਜਾਫੀ ਲਾਲ ਰੰਗ ਦੀ ਨਿੱਕਰ ਪਾਈ ਹੋਈ ਹੈ ਇੱਕ ਪਾਸੇ ਕਿੰਦੀ ਮੇਰੇ ਵੀਰੋ ਯੋਧਾ ਪਿੰਡ ਵਾਲਾ ਇਸ ਵੇਲੇ ਲਾ ਪਾਊ ਜੱਫਾ ਕਿ ਨਹੀਂ ਗੱਲ ਸਮੇਂ ਦੀ ਤੇ ਨੰਬਰ ਯੋਧਾ ਵਾਲੇ ਕਿੰਦੀ ਦਾ ਕਿਰਨੇ ਦੇ ਕਜਨ ਦਾ ਮੇਰੇ ਵੀਰੋ ਲੈ ਵੀ ਤਰਨ ਲੈ ਵੀ ਰਾਣਿਆ
ਕਿਰਨੇ ਦਾ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ। ਖੇਡ ਕਬੱਡੀ ਦੇ ਵਿੱਚ ਹਰਜੀਤ ਬਰਾੜ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਇਸੇ ਸਾਲ ਦੇ ਵਿੱਚ ਸੁਖਮਨ ਚੋਲੇ ਦਾ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਜਲਾਲ ਦੇ ਗਗਨ ਦਾ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਬਲਕਾਰ ਰੂਪਾ ਹੇੜੀ ਦਾ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ। ਢੀਮਾ ਵਾਲੀ ਦੇ ਜਗਦੀਪ ਦਾ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ। ਪਰ ਰਾਜੂ ਕੋਟਲਾ ਭੜੀ ਵਾਲਾ ਸਮਰਾਲੇ ਦੇ ਏਰੀਏ ਦਾ ਖਿਡਾਰੀ ਸਵਰਾਜ ਟਰੈਕਟਰ ਦਾ ਜੇਤੂ ਹੈ। ਜਦੋਂ ਸੰਧੂ ਨੇ ਕਿਹਾ ਨਾ ਟਮਟਰੀ ਦਾ ਜੇਤੂ ਹੈ, ਐਨ ਹਾਸਾ ਜਿਹਾ ਆਇਆ ਵੀ ਸਵਾਦ ਲਿਆ ਦਿੱਤਾ ਸ਼ੀਰਾ ਕੋਟਲੇ ਵਾਲਾ। ਪਰ ਦੂਜੇ ਪਾਸੇ ਰਾਜੂ ਕੋਟਲਾ ਭੜੀ ਪਿੰਡ ਵਾਲਾ ਜੀਵਨ ਸਿੰਘ ਦਾ ਪੁੱਤਰ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਹੈ। ਜੇ ਮੈਚ ਵੱਲ ਵੇਖੀਏ 6.5 ਤੇ 7 ਨੰਬਰ ਨੇ, ਬੜਾ ਫਾਸਵਾ ਮੈਚ ਸੰਧੂ ਆ। ਪ੍ਰਦੀਪ ਦੀ ਰੇਡ ਨੱਖੇ ਚੀਮਿਆਂ ਵਾਲਾ ਇੱਕ ਜੱਫਾ 500 ਦਾ, ਸੁਖੀ ਘੁੰਮਣ ਜੂ ਐਸੇ ਝੁੰਦਾ ਵਾਲੇ ਲੱਖੀ ਪ੍ਰਧਾਨ ਕਹਿੰਦਾ ਵੱਡੇ ਮਾਣ ਕਰਾਂਗੇ। ਲਓ ਕੋਟਲੀ ਵਾਲਾ, ਕੋਟਲੀ ਵਾਲਾ ਜੀਤ, ਜ਼ਿਲ੍ਹੇ ਬਠਿੰਡੇ ਦੀ ਉਹ ਧਰਤੀ ਹੈ, ਕਦੇ ਨਾ ਚੱਲਿਆ ਪਿੱਥੋਂ ਵਾਲੇ ਸ਼ੀਰੇ ਦਾ। ਲਓ ਕੋਟਲੀ ਵਾਲਾ ਕਹਿੰਦੇ ਨੌਜਵਾਨ, ਪਰ ਪੁਆਇੰਟ ਕਹਿੰਦੇ ਪ੍ਰਦੀਪ ਦਾ। ਆ ਵੀ ਨੌਜਵਾਨਾਂ ਪਾ ਕਬੱਡੀ, ਅਗਲੀ ਰੇਡ ਕੌਣ ਪਾਵੇਗਾ ਖੇਡ ਮੈਦਾਨ ਦੇ ਵਿੱਚ ਭਗਵਾਨਪੁਰਾ ਦੀ ਟੀਮ ਦੀ ਤਰਫੋਂ। ਲਓ 40 ਸਾਲਾਂ ਦੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਜੌੜੇ ਸਿੰਘਿਆਂ ਵਾਲਾ ਕਹਿੰਦੇ ਸੁੱਖਾ ਰੇਡ ਪਾ ਰਿਹਾ ਮੇਰੇ ਵੀਰਿਓ, ਐਨ ਮਾਝੇ ਦੁਆਬੇ ਦੀ ਉਹ ਧਰਤੀ ਆ, ਗੱਲਾਂ ਚੱਲਣਗੀਆਂ ਖੇਡ ਮੈਦਾਨ ਦੇ ਵਿੱਚ। ਸੁੱਖੇ ਦੀ ਰੇਡ ਤੇ ਖੇੜੀ ਚੈਲਾਂ ਵਾਲਾ ਸਰਪੰਚਾਂ ਦਾ ਮੁੰਡਾ, ਸਰਪੰਚਾਂ ਦਾ ਮੁੰਡਾ, ਸਰਪੰਚਾਂ ਦਾ ਮੁੰਡਾ, ਖੇੜੀ ਚੈਲਾਂ ਵਾਲਾ ਖੇਡ ਮੈਦਾਨ ਦੇ ਵਿੱਚ ਕਰਦਾ ਟਾਈ ਤੇ ਸੁੱਖਾ ਨੰਬਰ। ਸੁੱਖੇ ਦਾ ਲਾਭ ਹੀਰੇ ਦੀ ਸਟੇਜ ਕਹਿੰਦੇ ਲਾਭ ਹੀਰੇ ਨੂੰ ਉਡੀਕ ਰਹੀ ਹੈ। ਥੋੜਾ ਸਮਾਂ ਬਾਕੀ ਹੈ, ਫਿਰ ਗੱਲਾਂ ਹੋਣਗੀਆਂ ਕਿ ਫੇਲ ਸਾਧ ਦਾ ਟੇਵਾ ਹੋ ਜੇ, ਸਤੀ ਸਵਿਤਰੀ ਬੇਵਾ ਹੋ ਜੇ ਤੇ ਕੰਜਰ ਬੰਦੇ ਦੀ ਸੇਵਾ ਹੋ ਜੇ। ਰੱਬ ਰਾਖਾ ਬਈ ਰੱਬ ਰਾਖਾ, ਰੱਬ ਰਾਖਾ ਬਈ ਰੱਬ ਰਾਖਾ, ਗੱਲਾਂ ਹੋਣਗੀਆਂ। ਪਰ ਤਾਜਾ ਕਾਲੇ ਸਿੰਘਿਆਂ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਚੀਮਿਆਂ ਵਾਲਾ ਲੱਖਾ ਸਰਬਜੀਤ ਚੀਮੇ ਦੇ ਪਿੰਡ ਦਾ ਖਿਡਾਰੀ, ਔਰ ਦੂਜੇ ਪਾਸੇ ਮਨਾਣੇ ਪਿੰਡ ਵਾਲਾ ਸੁਪਿੰਦਰ ਪਹਿਲੇ ਮੈਚ ਦੇ ਵਿੱਚ ਦਲਵੀਰ ਖੇਡਿਆ, ਕਦੇ ਬੁੱਗੇ ਦੀਆਂ ਪਾਈਆਂ ਹੋਈਆਂ ਰੇਡਾਂ ਯਾਦ ਨੇ ਦੁਨੀਆ ਨੂੰ ਤੇ। ਪਰ ਗੱਜਣ ਕਿ ਜੱਗ ਜਿੱਤਣਾ ਕਠਿਨ ਤਪੱਸਿਆ ਹੈ, ਜਿੱਤਦਾ ਉਹ ਜੋ ਸਮੇਂ ਤੇ ਹਾਣਦਾ ਏ, ਮਿਹਨਤ ਕੁੰਜੀ ਆ ਸਫਲਤਾ ਦੇ ਜਿੰਦਰੇ ਦੀ, ਇਹ ਗੱਲ ਕੋਈ ਵਿਰਲਾ ਜਾਣਦਾ ਏ। ਮਿਹਨਤ ਕੁੰਜੀ ਆ ਸਫਲਤਾ ਦੇ ਜਿੰਦਰੇ ਦੀ, ਇਹ ਗੱਲ ਕੋਈ ਵਿਰਲਾ ਜਾਣਦਾ ਏ। ਲਓ ਗੱਜਣ ਨੇ ਮਿਹਨਤ ਕੀਤੀ, ਅੱਜ ਦੁਨੀਆ ਦੇ ਵਿੱਚ ਨਾਮ ਹੈ। ਅੱਜ ਤੋਂ 4 ਸਾਲ ਪਹਿਲਾਂ ਮਾਨਕਪੁਰ ਦੇ ਟੂਰਨਾਮੈਂਟ ਤੇ ਆ ਖਿਡਾਰੀ ਨੂੰ ਮੈਂ ਵੇਖਿਆ, ਔਰ ਅੱਜ ਦੁਨੀਆ ਦਾ ਸਟਾਰ ਬਣ ਗਿਆ। ਦੁਨੀਆ ਦੀਆਂ ਕਲੱਬਾਂ ਲੋਚਦੀਆਂ ਵੀ ਗੱਜਣ ਸਾਡੇ ਲਈ ਖੇਡੇ ਤੇ ਗੱਲ ਬਣ ਜੇ, ਕਿਉਂਕਿ ਭਾਰਾ ਵੀ ਹੈ ਘਾਦਾਰ ਮੈਦਾਨ ਤੇ ਵੀ ਮੇਰੇ ਵੀਰੋ ਚੰਗੀਆਂ ਕਬੱਡੀਆਂ ਪਾਊਗਾ। ਤੇ ਜਿਹੜਾ ਰਿਜ਼ਲਟ ਹੈ ਮੇਰੇ ਵੀਰੋ ਮਿੱਟੀ ਵਾਲੀ ਗਰਾਊਂਡ ਦਾ, ਤੇ ਉਹ ਤੇ ਇਸ ਸਾਲ ਦੇ ਦਰਸ਼ਕ ਜਾਣਦੇ ਹੈ, ਪਿਛਲੇ ਸਾਲਾਂ ਦੌਰਾਨ ਵੀ ਜਦੋਂ ਖੇਡਿਆ ਤੇ ਗੱਲਾਂ ਕਰਵਾਈਆਂ। ਔਰ ਅਗਲੀ ਰੇਡ ਭੂਰੀ ਦੀ, ਲਓ ਭੂਰੀ ਦੀ ਰੇਡ ਖੇਡ ਮੈਦਾਨ ਦੇ ਵਿੱਚ। ਉਧਰੋਂ ਪਿੰਦਰੀ ਸਰਪੰਚ ਸਹਾਰ ਨਵਾਜਦੇ ਵਾਲਾ, ਉਹ ਵੀ ਸਾਡਾ ਵੀਰ ਪੁੱਜਿਆ ਹੋਇਆ, ਵੱਡਾ ਧੰਨਵਾਦ ਹੈ। ਲਓ ਵੇਖਾਂਗੇ ਵੀ ਭੂਰੀ ਛੰਨਾ ਵਾਲਾ ਤੇ ਦੂਜੇ ਬੰਨੇ ਰਣੀਕਿਆਂ ਵਾਲਾ ਕਹਿੰਦੇ ਕਾਜੂ ਐਨ ਖਰੇ ਖਰੇ ਡੱਕਣ ਵਾਲੀ ਗੱਲ ਕਰਦਾ ਤੇ ਪੁਆਇੰਟ ਭੂਰੀ ਨੇ ਜੋੜ ਦਿੱਤਾ। ਅਗਲੀ ਰੇਡ ਕਹਿੰਦੇ ਨੌਜਵਾਨ ਜੰਡੀ ਰਸੂਲਪੁਰ ਵਾਲਾ ਭੋਲੂ ਮੇਰੇ ਵੀਰਿਓ, ਪਾਉਣ ਦੇ ਲਈ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ। ਜਾਫੀ 4 ਨੇ, ਹੁਣ ਕੌਣ ਕੌਣ ਬੱਲੇ ਬੱਲੇ ਕਰਵਾਉਂਦਾ। ਲੱਖੇ ਚੀਮਿਆਂ ਵਾਲਾ ਜੱਫਾ 500 ਦਾ, ਸੁਖੀ ਘੁੰਮਣ ਜੀ ਝੁੰਦਾ ਵਾਲੇ ਕਹਿੰਦੇ ਨੇ USA ਤੋਂ ਬਿੱਕੇ ਬਾਈ ਨਾਲ ਬੜਾ ਪਿਆਰ ਆ। ਲਓ ਲੱਖਾਂ ਚੀਮਿਆਂ ਵਾਲਾ
ਖੇਡ ਮੈਦਾਨ ਦੇ ਵਿੱਚ ਚੀਮਿਆਂ ਵਾਲਾ ਨੂਰ ਮਹਿਲ ਦਾ ਇਲਾਕਾ ਲਾਓ ਲੱਖਾਂ ਤੇ ਪਰ ਪੁਆਇੰਟ ਕਹਿੰਦੇ ਜੰਡੀ ਵਾਲਾ ਆਪਣੀ ਮੈਚ ਕਹਿੰਦੇ ਆ ਵੀ ਪੂਰਾ ਮੇਰੇ ਵੀਰੋ ਐਨ ਕਾਂਟੇ ਦਾ ਖੇਡਿਆ ਜਾ ਰਿਹਾ ਜਿਵੇਂ ਸੰਧੂ ਕਹਿੰਦਾ ਆਂਦਾ ਖੰਡਾ ਫੁੱਲ ਖੜਕ ਰਿਹਾ ਕਹਿੰਦੇ ਬਾਬੇ ਦੀਪ ਸਿੰਘ ਦਾ ਖੰਡਾ ਖੜਕਿਆ ਸੰਧੂ ਹੈ ਤੇ ਦੁਨੀਆਂ ਨੂੰ ਯਾਦ ਹੈ ਆਓ ਸਾਹਮਣੇ ਰਾਜੂ ਡੱਕਿਆ ਗਿਆ ਰਾਜੂ ਡੱਕਿਆ ਗਿਆ ਤੇ ਸ਼ੀਰਾ ਕੋਟੜੇ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਗਿਆ ਸ਼ੀਰਾ ਕੋਟੜੇ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਕਿ ਜਿੰਨਾ ਚਿਰ ਪੈਂਦੇ ਨਹੀਂ ਕਬੱਡੀ ਚ ਪਟਾਕੇ ਉਹਨਾਂ ਚਿਰ ਆਉਂਦਾ ਨਹੀਂ ਸਵਾਦ ਮਿੱਤਰੋ ਰਾਜੇ ਖੇਲੇ ਵੱਡੇ ਵੱਡੇ ਮੱਲ ਭਿੜਦੇ ਤੇ ਦੂਰ ਦੂਰ ਸੁਣਦੀ ਆਵਾਜ਼ ਮਿੱਤਰੋ ਦੂਰ ਦੂਰ ਸੁਣਦੀ ਆਵਾਜ਼ ਮਿੱਤਰੋ ਅਮਰਗੜ੍ਹ ਦੀ ਉਹ ਮੈਦਾਨ ਹੈ ਜਿਸ ਮੈਦਾਨ ਦੇ ਵਿੱਚ ਜਦੋਂ ਵੀ ਕਬੱਡੀ ਹੋਈ ਹੈ ਤੇ ਹਰ ਇੱਕ ਮੇਰੇ ਵੀਰੋ ਸਟਾਰ ਜਿਹੜਾ ਸਮੇਂਦਾ ਉਹ ਖੇਡਿਆ ਔਰ ਸਾਹਮਣੇ ਵੇਖਦਾ ਵੀ ਇਹਦਾ ਬਾਪ ਤਕੜਾ ਸਟਾਰ ਰਿਹਾ ਇਹਦਾ ਦਾਦਾ ਤਕੜਾ ਸਟਾਰ ਰਿਹਾ ਇਹ ਝਨੇਰ ਵਾਲਾ ਆਸ਼ੂ ਹੈ ਜਿਸ ਨੌਜਵਾਨ ਨੇ ਲਾਹ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਦਿੱਤਾ ਸੁੱਖਾ ਕੋਈ ਸੁੱਖਾ ਕਹਿੰਦਾ ਹੈ ਕੋਈ ਮੱਗਾ ਕਹਿੰਦਾ ਮਨਜੀਤ ਸਿੰਘ ਖੋਖਰ ਫੌਜੀਆਂ ਵਾਲੇ ਨੇ ਮੇਰੇ ਵੀਰੋ ਚੰਡਿਆ ਇਸ ਖਿਡਾਰੀ ਨੂੰ ਇਹ ਸੁੱਖਾ ਮੱਗਾ ਜੌੜੇ ਸਿੰਘ ਪਿੰਡ ਹੈ ਭਗਵਾਨਪੁਰ ਦੀ ਖੇਡ ਕਲੱਬ ਵੱਲੋਂ ਕਬੱਡੀ ਪਾ ਰਿਹਾ ਔਰ ਦੂਜੇ ਪਾਸੇ ਰਣੀਕੇ ਵਾਲਾ ਬਿੱਟੂ ਹੈ ਤੇਰਾ ਖਿਡਾਰੀ ਇਸ ਵੇਲੇ ਕੋਸ਼ਿਸ਼ ਕਰਦਾ ਬਿੱਟੂ ਨੂੰ ਮਾਣ ਹੈ ਭੋਲੇ ਵਾਲੀਏ ਨੂੰ ਇਸ ਨੌਜਵਾਨ ਦੀ ਖੇਡ ਤੇ ਚਾਹੇ ਬੱਬੂ ਦੀ ਗੱਲ ਹੈ ਚਾਹੇ ਕਾਜੂ ਦੀ ਗੱਲ ਹੈ ਚਾਹੇ ਰਵੀ ਦਿਓਰੇ ਦੀ ਗੱਲ ਹੈ ਔਰ ਤਾਜਾ ਬਾਨਾ ਤੇ ਤਾਜਾ ਨੇ ਦਲੇਰ ਅੱਤ ਦੇ ਦਲੇਰ ਖਿਡਾਰੀ ਹੈ ਪਿਛਲੇ ਸਾਲ ਜਤਿੰਦਰ ਜੌਹਨ ਨੇ ਬੱਲੀ ਸੰਧੂ ਹੋਣਾ ਨੇ ਚੱਕਾਂ ਦੇ ਸੁੱਖੇ ਹੋਣਾ ਨੇ ਕਹਿੰਦੇ ਐਕਸਯੂਵੀ ਗੱਡੀ ਨਾਲ ਸਨਮਾਨ ਆਹ ਖਿਡਾਰੀ ਦਾ ਕੀਤਾ ਵੱਡੇ ਦਿਲ ਵਾਲਾ ਖਿਡਾਰੀ ਆਖਾਂਗੇ ਓ ਟੱਪ ਜਾ ਮੋਰਨੀਏ ਛਾਲ ਮਾਰ ਕੇ ਖਾਲਾ ਪਰ ਮੁੰਡਾ ਕਹਿੰਦਾ ਮੈਂ ਟੱਪਣ ਨਹੀਂ ਦੇਣਾ ਇਹਨੂੰ ਜੱਟ ਕਹਿੰਦੇ ਸੋਰੀ ਜੋਤ ਕਹਿੰਦੇ ਆ ਮੇਰੇ ਵੀਰੋ ਇਹ ਜੱਟ ਦਾ ਸਾਥੀ ਹੈ ਗੜੀ ਤਰਖਾਣਾ ਵਾਲੇ ਦਾ ਜੋਤ ਰਾਮਗੜ੍ਹ ਸਰਦਾਰਾਂ ਵਾਲਾ ਮਲੌਦ ਰੋੜੀਆਂ ਦੇ ਏਰੀਏ ਦਾ ਖਿਡਾਰੀ ਹੈ ਗੱਜਣ ਡੇਰਾ ਬਾਬਾ ਨਾਨਕ ਵਾਲਾ ਗੱਜਣ ਡੇਰਾ ਬਾਬਾ ਨਾਨਕ ਵਾਲਾ ਕਹਿੰਦੇ ਰੇਡ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਡੇਰਾ ਬਾਬਾ ਨਾਨਕ ਦੀ ਉਹ ਧਰਤੀ ਹੈ ਲਓ ਗੱਜਣ ਦੀ ਰੇਡ ਤੇ ਦੂਜੇ ਬੰਨੇ ਵੇਖਾਂਗੇ ਵੀ ਖਾਲਸਾ ਸਿੱਖ ਸਰਦਾਰ ਖੇੜੀ ਚਹਿਲਾ ਵਾਲਾ ਮੇਰੇ ਵੀਰੋ ਸਰਪੰਚਾਂ ਦਾ ਮੁੰਡਾ ਬੱਲੇ ਬੱਲੇ ਕਰਵਾਉਂਦਾ ਢੰਡੋਲੀ ਵਾਲੇ ਕਾਲ ਦੀ ਰੇਡ ਖੇਡ ਮੈਦਾਨ ਦੇ ਵਿੱਚ ਲੱਖੇ ਚੀਮਿਆਂ ਵਾਲਾ ਇੱਕ ਜੱਫਾ 500 ਦਾ ਉਹ ਸਾਡੇ ਵੀਰ ਲੱਖੀ ਪ੍ਰਧਾਨ ਹੋਣੀ ਕਹਿੰਦੇ ਸੁੱਖੀ ਬਾਈ ਵੱਲੋਂ ਲਾਓ ਖਾਮਣੇ ਜੋਤ ਸਿਕੰਦਰ ਹੈਪੀ ਜੀ ਐਸ ਐਚ ਓ ਸਾਹਿਬ ਉਹਨਾਂ ਦੇ ਪਿੰਡ ਦਾ ਕਹਿੰਦੇ ਚੀਮੇ ਪਰਿਵਾਰ ਦਾ ਪਰ ਪੁਆਇੰਟ ਕਹਿੰਦੇ ਧਾਵੀ ਦਾ ਲਓ ਭੂਰੀ ਦੀ ਰੇਡ ਖੇਡ ਮੈਦਾਨ ਦੇ ਵਿੱਚ ਛੰਨਾ ਵਾਲਾ ਭੂਰੀ ਉਧਰ ਅੰਮ੍ਰਿਤਗੜ੍ਹ ਦੇ ਐਸ ਐਚ ਓ ਸਾਹਿਬ ਵੀ ਬਿਰਾਜਮਾਨ ਨੇ ਹਰਮਨਪ੍ਰੀਤ ਸਿੰਘ ਜੀ ਚੀਮਾ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜੇ ਆਪ ਸਪੋਰਟਸਮੈਨ ਰਹੇ ਹੈ ਖੇਡ ਕਬੱਡੀ ਨੂੰ ਵੀ ਬੜਾ ਪਿਆਰ ਕਰਦੇ ਹੈ ਔਰ ਅੱਜ ਕਹਿੰਦੇ ਜਿਹੜੇ ਪ੍ਰਬੰਧਕ ਨੇ ਸੰਧੂ ਉਹਨਾਂ ਦੇ ਵਿੱਚੋਂ ਵਾਲੀਬਾਲ ਦੇ ਵੀ ਚੰਗੇ ਖਿਡਾਰੀ ਜਿਹੜੇ ਹੋਏ ਹੈ ਸੋ ਸਾਰੇ ਸਪੋਰਟਸਮੈਨ ਨੇ ਬੇਸ਼ੱਕ ਅੱਜ ਜ਼ਿੰਮੇਵਾਰੀਆਂ ਪੰਜਾਬ ਪੁਲਿਸ ਦੇ ਵਿੱਚ ਵੱਡੀਆਂ ਨੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜੰਡੀ ਵਾਲਾ ਭੋਲਾ ਪਿਆਰ ਦੇ ਨਾਲ ਬੰਦੇ ਮਾਰ ਵੀ ਕਹਿੰਦੇ ਹੈ ਕਾਲਮਾ ਵਾਲੇ ਭਲਵਾਨ ਦਾ ਡੀਏਵੀ ਕਾਲਜ ਜਲੰਧਰ ਦੇ ਵਿੱਚ ਨਾਂ ਪੱਕ ਗਿਆ ਬੰਦੇ ਮਾਰ ਹੁਣ ਤੱਕ ਕਮੈਂਟੇਟਰ ਬੰਦੇ ਮਾਰ ਕਹਿੰਦੇ ਰਹੇ ਪਰ ਪੂਰਾ ਨਾਂ ਗੁਰਵਿੰਦਰ ਸਿੰਘ ਪਰ ਆਹ ਖਿਡਾਰੀ ਦਾ ਭੋਲਾ ਨਾਮ ਹੈ ਔਰ ਦੂਜੇ ਪਾਸੇ ਲੱਖਾਂ ਚੀਮਿਆਂ ਵਾਲਾ ਨੂਰ ਮਹਿਲ ਦੀ ਮੋਰੀ ਤੋਂ ਤਾਰਾ ਵੱਜਦਾ ਵੇ ਇਹ ਨੂਰ ਮਹਿਲ ਦੀ ਮੋਰੀ ਵਾਲਾ ਨੌਜਵਾਨ ਹੈ ਨੂਰ ਮਹਿਲ ਦੇ ਲਾਗੇ ਚੀਮਾ ਪਿੰਡ ਹੈ ਸਰਬਜੀਤ ਚੀਮੇ ਦਾ ਪਿੰਡ ਹੈ ਔਰ ਅਗਲੀ ਰੇਡ ਬਿੱਲਾ ਜੌਲ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਬਿੱਲੇ ਦੀ ਰੇਡ ਉਧਰ ਬਿੰਦਰੀ ਨਾਰੀ ਕਿਉਂ ਨਹੀਂ ਸਾਡੇ ਵੀਰ ਪੁੱਜੇ ਹੋਏ ਨੇ ਚਰਨਜੀਤ ਸਿੰਘ ਜੀ ਚੰਨਾ ਝੁੰਦਾ ਜੀ ਪ੍ਰਧਾਨ ਸਾਹਿਬ ਟਰੱਕ ਯੂਨੀਅਨ ਕਾਂਗਰਸ ਦੇ ਵਿੱਚ ਵੱਡਾ ਮਾਣ ਆ ਵੀ ਪੁੱਜੇ ਹੋਏ ਨੇ ਹਰਵੀਰ ਢੀਂਡਸਾ ਜੀ ਦੀ ਰਹਿਵੀ ਨੂੰ ਪਰਿਵਾਰ ਯੂਨੀਅਨ ਦੇ ਵਿੱਚ ਵੱਡਾ ਨਾਮ ਆ
ਬਿੱਕਾ ਐਸਐਚਓ ਜੀ ਦੇ ਨਾਲ ਬੜਾ ਪਿਆਰ ਸਾਰੇ ਵੀਰਾਂ ਦਾ। ਲਓ ਸਾਹਮਣੇ ਪ੍ਰਦੀਪ ਤੂਫਾਨ ਮੇਰੇ ਵੀਰਿਓ ਰੇਡ ਪਾਉਣ ਦੇ ਲਈ ਵਧਿਆ ਹੋਇਆ ਪੂਰੀ ਤਿਆਰੀ ਦੇ ਨਾਲ। ਲਓ ਪ੍ਰਦੀਪ ਦੀ ਰੇਡ ਖੇਡ ਮੈਦਾਨ ਦੇ ਵਿੱਚ। ਕੋਟਰੀ ਵਾਲਾ ਜੀਤ ਹੈ ਨਾਲ ਸੁਪਿੰਦਰ ਮਨਾਣੇ ਵਾਲਾ ਨਾਲ ਕਹਿੰਦੇ ਲੱਖਾਂ ਚੀਮਿਆਂ ਵਾਲਾ ਜੋਤ ਚੀਮੇ ਪਰਿਵਾਰ ਦਾ ਕਹਿੰਦੇ ਕਰਦਾ ਟਰਾਈ। ਹੈਪੀ ਵੀਰ ਜੀ ਦੇਖੋ ਕਹਿੰਦਾ ਇਹ ਤੁਹਾਡੇ ਪਿੰਡ ਵਾਲਾ ਕਹਿੰਦੇ ਨੌਜਵਾਨ ਜੋਤ ਕਰਦਾ ਟਰਾਈ ਲੱਗਿਆ ਹੋਇਆ ਜੋਰ ਤੇ ਪੁਆਇੰਟ ਪ੍ਰਦੀਪ ਨੇ। ਲੈ ਵੀ ਕ੍ਰਿਸ਼ਨ ਅੱਜ ਅਮਰਗੜ੍ਹ ਦੇ ਵਿੱਚ ਮਾਲਵੇ ਦੀ ਧਰਤੀ ਤੇ ਕਬੱਡੀ ਹੋ ਹੀ ਰਹੀ ਹੈ। ਮਾਝੇ ਦੇ ਖਿਡਾਰੀ ਤੇ ਦੁਆਬੇ ਦੇ ਖਿਡਾਰੀ 31 ਮਾਰਚ ਆ ਸੰਧੂਆ। ਬੇਸ਼ੱਕ ਟੂਰਨਾਮੈਂਟ ਬਹੁਤ ਨੇ ਪਰ ਦੁਨੀਆ ਇਹ ਸੋਚ ਰਹੀ ਹੈ ਵੀ ਅਮਰਗੜ੍ਹ ਦੇ ਵਿੱਚ ਜਿਹੜੇ ਪਲੇਅਰ ਹੈ ਉਹ ਬਹੁਤ ਵੱਡੇ ਪੱਧਰ ਤੇ ਆਏ ਹੋਏ ਹੈ। ਮਾਣ ਹੈ ਬਿਕਰਮਜੀਤ ਸਿੰਘ ਜੀ ਬਿੱਕਾ ਉਹਨਾਂ ਨੂੰ ਇਸ ਗੱਲ ਦਾ। ਔਰ ਅਗਲੇ ਮੈਚ ਦੀ ਟੀਮ ਜਿਹੜੀ 40 ਸਾਲਾਂ ਦੀ ਬੁਗਲਿਆ ਆ ਜਾ ਭੱਜ ਕੇ ਹੁਣ ਤੇਰੀਆਂ ਕਬੱਡੀਆਂ ਵੇਖਣੀਆਂ ਬੁਗਲੇ ਬਠਿੰਡੇ ਵਾਲੇ ਦੀਆਂ ਕਬੱਡੀਆਂ ਜਿਹੜੀਆਂ ਵੇਖਾਂਗੇ ਮੂਹ ਸਪਰੇ ਗਰਾਊਂਡ ਦੇ ਵਿੱਚ ਜ਼ਰੂਰ ਪੁੱਜੀ ਕਰ ਦਿਓ। ਅਸੀਂ ਟੌਰ ਨਾਲ ਰਹੀਏ ਰੋਬ ਕਿਸੇ ਦਾ ਨਾ ਸਹੀਏ। ਅਸੀਂ ਟੌਰ ਨਾਲ ਰਹੀਏ ਰੋਬ ਕਿਸੇ ਦਾ ਨਾ ਸਹੀਏ। ਕੀ ਕਹਿਣੇ ਮਾਝੇ ਮਾਲਵੇ ਦੁਆਬੀਆਂ ਦੇ ਸਾਡੇ ਵੱਖਰੇ ਹੀ ਸ਼ੌਂਕ ਪੰਜਾਬੀਆਂ ਦੇ ਸਾਡੇ ਵੱਖਰੇ ਹੀ ਸ਼ੌਂਕ ਪੰਜਾਬੀਆਂ ਦੇ ਵੱਖਰੇ ਹੀ ਸ਼ੌਂਕ ਨੇ। ਆਹ ਖਿਡਾਰੀ ਦੇ ਸ਼ੌਂਕ ਵੀ ਵੱਖਰੇ ਹੈ ਚੀਮਿਆਂ ਵਾਲਾ ਲੱਖਾ। ਔਰ ਦੂਜੇ ਪਾਸੇ ਤਾਜਾ ਦੀਪੇ ਸੰਘੇ ਦਾ ਬ੍ਰਦਰ ਹੈ ਵਾਈ ਕਾਟੋ ਕਬੱਡੀ ਕਲੱਬ ਵਾਲੇ ਦਾ 500 ਰੁਪਈਆ ਸੁੱਖੀ ਘੁੰਮਣ ਜੀ ਵੱਲੋਂ ਲੱਖੇ ਚੀਮੇ ਦੇ ਲਈ ਆਇਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸੁੱਖੀ ਘੁੰਮਣ ਜੀ ਉਹਨਾਂ ਦਾ। ਗੱਜਣ ਡੇਰਾ ਬਾਬਾ ਨਾਨਕ ਵਾਲਾ ਲਓ ਗੱਜਣ ਉਧਰੋਂ ਬਿੰਦਰੀ ਹੋਣੀ ਹਰਦੀਪ ਹੋਣੀ ਸਾਡਵੀਰ ਇਕਬਾਲ ਹੋਣੀ ਸੁੱਖੀ ਹੋਣੀ ਨਾਨਕਿਆਂ ਵਾਲੇ ਪੁੱਜੇ ਦੇ ਧੰਨਵਾਦ। ਲਓ ਰਣੀਕਿਆਂ ਵਾਲਾ ਕਾਜੂ ਜੋ ਚਾਹੇ ਉਹ ਕਰ ਸਕਦਾ ਜੇ ਆਈ ਤੇ ਆ ਜਾਵੇ ਨਾ ਜੋ ਚਾਹੇ ਉਹ ਕਰ ਸਕਦਾ ਇਹ ਰਣੀਕਿਆਂ ਵਾਲਾ ਕਾਜੂ ਬਈ ਜਿਹਨੂੰ ਜਿਹਨੂੰ ਕਾਜੂ ਰਣੀਕੇ ਵਾਲੇ ਦਾ ਜੱਫਾ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ। ਲੈ ਵੀ ਕਾਜੂ ਵੇਖ ਤੇਰੇ ਇਲਾਕੇ ਦੇ ਲੋਕ ਤੇਰੇ ਜ਼ਿਲ੍ਹੇ ਦੇ ਲੋਕ ਜਿਹੜੇ ਤੇਰੀ ਖੇਡ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਆਸ ਹੈ ਵੀ ਤੂੰ ਆਉਣ ਵਾਲੇ ਸਮੇਂ ਦਾ ਵੱਡਾ ਜਾਫੀ ਬਣ ਸਕਦਾ। ਔਰ ਜੀਤ ਕੋਟਲੀ ਤੇ ਹਰਮੇਸ਼ ਕਾਲਾ ਕਾਲਾ ਹਾਫ ਟਾਈਮ ਚੱਲਦੇ ਹੋਏ ਮੈਚ ਦਾ ਹੋ ਚੁੱਕਿਆ ਹੈ। ਦੋਸਤੋ ਇਸ ਮੈਚ ਦਾ ਹਾਫ ਸਮਾਂ ਹੋ ਗਿਆ। ਹਾਫ ਸਮੇਂ ਤੇ ਪੁਆਇੰਟ ਬੜੇ ਇੰਟਰਸਟਿੰਗ ਨੇ ਦੋਨੋਂ ਟੀਮਾਂ ਦੇ 17-17 ਪੁਆਇੰਟ ਨੇ। ਅੱਧਾ ਪੁਆਇੰਟ ਜਿਹੜਾ ਹੈਗਾ ਭਗਵਾਨਪੁਰ ਦੀ ਟੀਮ ਦਾ ਵੱਧ ਹੈ ਕਿਉਂਕਿ ਪਹਿਲਾ ਪੁਆਇੰਟ ਕਬੱਡੀ ਦੇ ਵਿੱਚ ਡੇਢ ਦਾ ਮੰਨਿਆ ਜਾਂਦਾ। ਮੌੜਾਂ ਦੇ ਵੀ 17 ਪੁਆਇੰਟ ਨੇ ਪਰ ਹੁਣ ਤੱਕ ਦਾ ਜਿਹੜਾ ਮੁਕਾਬਲਾ ਕਾਫੀ ਇੰਟਰਸਟਿੰਗ ਹੈ। ਤੁਹਾਨੂੰ ਕੀ ਲੱਗਦਾ ਕਿ ਕਿਹੜੀ ਟੀਮ ਜਿੱਤੂਗੀ ਇਹਨੂੰ ਤੁਸੀਂ ਇਸ ਪੋਲ ਦੇ ਵਿੱਚ ਦਰਜ ਕਰ ਸਕਦੇ ਹੋ ਔਰ ਦੇਖਾਂਗੇ ਤੁਹਾਡਾ ਕਿਤਾ ਗੈਸ ਠੀਕ ਹੁੰਦਾ ਜਾਂ ਨਹੀਂ। ਮੈਚ ਦਾ ਆਨੰਦ ਮਾਣੋ, ਥੰਬਸ ਅਪ ਦਾ ਬਟਨ ਕਲਿੱਕ ਕਰ ਦਿਓ। ਅੱਧੇ ਸਮੇਂ ਤੋਂ ਬਾਅਦ ਜਿਹੜਾ ਮੁਕਾਬਲਾ ਤੁਹਾਡੇ ਸਾਹਮਣੇ ਸ਼ੁਰੂ ਹੋਣ ਲੱਗਿਆ 17-17 ਤੇ 17 ਅੰਕ ਦੇ ਨਾਲ ਮੈਚ ਅੱਗੇ ਵੱਲ ਵੱਧਦਾ ਹੈ। ਜੰਡੀ ਵਾਲਾ ਭੋਲਾ ਕਹਿੰਦੇ ਬੰਦੇ ਮਾਰ ਵੀ ਕਹਿੰਦੇ ਆ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਲੱਖਾਂ ਚੀਮਾ ਪਰਲੇ ਪਾਸੇ ਲੱਖਾਂ ਚੀਮਾ ਖੜਾ ਹੈ। ਇਹ ਪਾਖੇੜ ਕਬੱਡੀ ਦਾ ਛੋਟਾ ਪਾਲਾ ਤੇ ਇੱਕ ਪਾਸੇ ਬੰਦੇ ਮਾਰ ਹੈ ਤੇ ਦੂਜੇ ਪਾਸੇ ਲੱਖਾਂ ਚੀਮਾ। ਮੇਰੇ ਵੀਰਿਓ ਹੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਅੰਕ ਕਿਹਦਾ ਹੋਣਾ ਲੱਖੇ ਦਾ ਹੋਣਾ ਜਾਂ ਭੋਲੇ ਦਾ। ਸ਼ੇਰ ਕਹਾਣੀ ਸੁਣਿਆ ਛੰਨਾ ਵਾਲਾ ਲਓ ਕਹਿੰਦੇ ਵੀ ਬੜਾ ਜ਼ਬਰਦਸਤ ਮੈਚ ਖੇਡਿਆ ਜਾ ਰਿਹਾ ਹੈ। ਇੱਕ ਬੰਨੇ ਟੀਮ ਭਗਵਾਨਪੁਰ ਦੀ ਹੈ ਮਾਝੇ ਦੀ ਟੀਮ ਹੈ ਔਰ ਦੂਸਰੇ ਬੰਨੇ ਮੌੜਾਂ ਜ਼ਿਲ੍ਹੇ ਸੰਗਰੂਰ ਦੀ ਟੀਮ ਹੈ। ਇੱਕ ਇੱਕ ਪੁਆਇੰਟ ਦੇ ਮੈਚ ਦੇ ਫੈਸਲੇ ਹੈ। ਇਹ ਹੈ ਭੂਰੀ ਕਹਿੰਦੇ ਫਤਿਹਗੜ੍ਹ ਛੰਨਾ ਦੀ ਧਰਤੀ ਦਾ ਮੇਰੇ ਵੀਰਿਓ ਇਹ ਜ਼ਿਲ੍ਹੇ ਬਰਨਾਲੇ ਵਾਲਾ ਪਰ ਸਾਹਮਣੇ ਦੇਖਦਾ ਕਿੰਡੀ ਯੋਧਾ ਵਾਲਾ ਇਹ ਤਰਨ ਯੋਧਾ ਵਾਲੇ ਦਾ ਪੇਂਡੂ ਹੈ ਮੋਹਰੇ ਦਾ ਪੇਂਡੂ ਕੋਸ਼ਿਸ਼ ਕਰਦਾ
ਔਰ ਅੰਕਸ ਨੇ ਫਤਿਹਗੜ੍ਹ ਛੰਨਾ ਵਾਲਾ ਭੂਰੀ ਆਪਣੀ ਟੀਮ ਦੇ ਲਈ ਜੋੜ ਗਿਆ ਤੇ ਪ੍ਰਦੀਪ ਤੂਫਾਨ ਕਹਿੰਦੇ ਕੌਡੀ ਪਾਉਣ ਦੇ ਲਈ ਢੰਡੋਰੀ ਵਾਲਾ ਅੱਗੇ ਵੱਲ ਵੱਧਦਾ ਹੋਇਆ ਸੁਪਿੰਦਰ ਖੜਾ ਜੱਟ ਖੜਾ ਜੀਤ ਕੋਟਲੀ ਵਾਲਾ ਖੜਾ ਬਾਖੇੜ ਕਬੱਡੀ ਦੇ ਚਾਰ ਜਾਫੇ ਦੇ ਵਿੱਚੋਂ ਮੁਕਾਬਲਾ ਮੇਰੇ ਵੀਰੋ ਇੱਕ ਪਾਸੇ ਵੇਖਾਂਗੇ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਹੋਣਾ ਇਹ ਆ ਜੀਤ ਕੋਟਲੀ ਵਾਲਾ ਅੰਕ ਆਪਣੀ ਟੀਮ ਲਈ ਜੋੜ ਗਿਆ ਉਧਰੋਂ ਗਗਨਦੀਪ ਬਿਸਕੀ ਕਨੇਡਾ ਕਬੱਡੀ ਦਾ ਮਹਾਨ ਖਿਡਾਰੀ ਸਾਡਾ ਭਰਾ ਜੋ ਸਰਦਾਰ ਬਿਕਰਮਜੀਤ ਸਿੰਘ ਜੀ ਘੁੰਮਣਾਂ ਦੇ ਬਿੱਕੇ ਘੁੰਮਣਾਂ ਦੇ ਭਰਾ ਨੇ ਯਾਰਾਂ ਬੇਲੀਆਂ ਨਾਲ ਲਾਈਵ ਕੈਨੇਡਾ ਦੀ ਧਰਤੀ ਤੇ ਬੈਠੇ ਦੱਖਦੇ ਆ ਸਾਹਮਣੇ ਤੱਕਾਂਗੇ ਕਿ ਇੱਕ ਪਾਸੇ ਕੌਡੀ ਪਾਉਣ ਦੇ ਲਈ ਬੱਬਰ ਸ਼ੇਰ ਸਵਾਨਿਆ ਸ਼ੇਰ ਕਹਾਣੀ ਸੁੱਖਾ ਅੱਗੇ ਵੱਲ ਵੱਧਦਾ ਹੋਇਆ ਲਓ ਸਾਹਮਣੇ ਸੁੱਖਾ ਮੇਰੇ ਵੀ ਉਸ ਸਮੇਂ ਰੇੜ ਪਾ ਰਹੇ ਹੈ ਉਧਰ ਸਿਆਂਬੀ ਲੁਧਿਆਣੇ ਵਾਲਾ ਕਹਿੰਦਾ ਕਿ ਮੇਰਾ ਭਤੀਜਾ ਵੀ ਆਇਆ ਹੋਇਆ ਹੈ ਨਵ ਤੇਜ ਨਵਰਾਜ ਘੁੰਮਣ ਮੇਰੇ ਵੀ ਨਵਰਾਜ ਘੁੰਮਣ ਸਾਡਾ ਭਤੀਜਾ ਸਰਦਾਰ ਬਿਕਰਮਜੀਤ ਸਿੰਘ ਜੀ ਬਿੱਕਾ ਐਸ ਐਚ ਓ ਸਾਹਿਬ ਉਹਨਾਂ ਦਾ ਲਾਡਲਾ ਬੇਟਾ ਹੈ ਤੇ ਨਾਲ ਉਹਨਾਂ ਦਾ ਸਤਿਕਾਰ ਜੋ ਭਾਣਜਾ ਏਕਮ ਵੀ ਆਇਆ ਏਕਮ ਦਾ ਵੀ ਧੰਨਵਾਦ ਕਰਦੇ ਹਾਂ ਲਓ ਸਾਹਮਣੇ ਕਾਲਾ ਢੰਡੋਲੀ ਪਿੰਡ ਵਾਲਾ ਇਸ ਸਮੇਂ ਰੇਡ ਪਾ ਰਹੇ ਹੈ ਸਾਹਮਣੇ ਚਾਰ ਤਿਆਰ ਨੇ ਇਹ ਜੋਤ ਰਾਮਗੜ ਸਰਦਾਰਾਂ ਵਾਲਾ ਹੈ ਤੇ ਪੁਆਇੰਟ ਇਸ ਸਮੇਂ ਨੌਜਵਾਨ ਕਾਲਾ ਢੰਡੋਲੀ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਕਾਲਾ ਕਹਿੰਦੇ ਢੰਡੋਰੀ ਵਾਲਾ ਅੰਕ ਆਪਣੀ ਟੀਮ ਲਈ ਜੋੜ ਗਿਆ ਹੈ ਸਾਹਮਣੇ ਤੱਕਾਂਗੇ ਪਾਈ ਹੋਈ ਕੌਡੀ ਦੇ ਦੂਜੇ ਪਾਸੇ ਰਣੀਕਾਂ ਵਾਲੇ ਕਾਜੂਆ ਓ ਕਿੰਦੀ ਯੋਧਾ ਵਾਲਿਆ ਦੇਖ ਟਰਾਈ ਕਰਕੇ ਸਾਹਮਣੇ ਤੱਕਾਂਗੇ ਚਾਰ ਜਾਫੀਆਂ ਦੇ ਵਿੱਚੋਂ ਕਿਹੜੇ ਪਬਰਸ਼ੇ ਨਾਲ ਮੁਕਾਬਲਾ ਹੋਣਾ ਇੱਕ ਪਾਸੇ ਰਣੀਕਾਂ ਵਾਲਾ ਕਾਜੂ ਹੈ ਤੇ ਦੂਜੇ ਪਾਸੇ ਭਗਵਾਨਪੁਰੀਆ ਬੱਬਰ ਸ਼ੇਰ ਹੈ ਹੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਵੇਖੋ ਟੱਕਰ ਸ਼ੇਰਾਂ ਦੀ ਟੱਕਰੇ ਤਾਂ ਐਂ ਭਿੜਦੇ ਨੇ ਜਿਵੇਂ ਮੀਡੇ ਭਿੜਦੇ ਹੁੰਦੇ ਆ ਛੱਡ ਛੱਡ ਕੇ ਟੱਕਰਾਂ ਮਾਰਦੇ ਆ ਸੰਧੂਆ ਸ਼ੇਰ ਕਹਾਣੀ ਲਓ ਸਾਹਮਣੇ ਰਸੂਲਪੁਰ ਜੰਡੀ ਵਾਲਾ ਭੋਲਾ ਮੇਰੇ ਵੀ ਉਸ ਸਮੇਂ ਰੇਡ ਪਾ ਰਿਹਾ ਰਵੀ ਮੂਰਮਹਿਲ ਵਾਲੇ ਚੀਮਿਆਂ ਵਾਲੇ ਲੱਖੇ ਅੱਜ ਪਤਾ ਲੱਗੇ ਦੁਨੀਆਂ ਨੂੰ ਕਿ ਤੂੰ ਅਮਰਗੜ੍ਹ ਦੇ ਵਿੱਚ ਆਇਆ ਹੋਇਆ ਨੌਜਵਾਨ ਪਰ ਸਾਹਮਣੇ ਭੋਲਾ ਰਸੂਲਪੁਰ ਜੰਡੀ ਵਾਲਾ ਰਣਜੀਤ ਮਾਨ ਮੋੜਾ ਮੈਂ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਤੇ ਗੱਜਣ ਕਹਿੰਦੇ ਡੇਰਾ ਬਾਬਾ ਨਾਨਕ ਵਾਲਾ ਕੌਡੀ ਪਾਉਂਦਾ ਪਿੰਦਰੀ ਸਰਪੰਚ ਪੁੱਜਿਆ ਹੋਇਆ ਸਹਾਰਨ ਮਾਦਰੇ ਵਾਲਾ ਯਾਰਾਂ ਦਾ ਯਾਰ ਹੈ ਸਰਦਾਰ ਬਿਕਰਮਜੀਤ ਸਿੰਘ ਜੀ ਬਿੱਕਾ ਕੁੱਬੜ ਸਾਹਿਬ ਵਾਲੀਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਮੇਰੇ ਵੀਰਿਓ ਇਮਾਨਦਾਰ ਆਫੀਸਰ ਨੇ ਰੰਗਲੇ ਪੰਜਾਬ ਦਾ ਮਾਨ ਨੇ ਜਿੱਥੇ ਜਿੱਥੇ ਡਿਊਟੀਆਂ ਰਹੀਆਂ ਉੱਥੋਂ ਉੱਥੋਂ ਯਾਰ ਪੁੱਜੇ ਨੇ ਪੂਰੇ ਪੰਜਾਬ ਚੋਂ ਪੂਰੇ ਹਿੰਦੁਸਤਾਨ ਚੋਂ ਪੂਰੀ ਦੁਨੀਆਂ ਚੋਂ ਅੱਜ ਇਸ ਕਬੱਡੀ ਕੱਪ ਦੇ ਲਈ ਵੱਡੇ ਯੋਗਦਾਨ ਹੋ ਰਹੇ ਨੇ ਸਾਹਮਣੇ ਤੱਕ ਰਿਹਾ ਇੱਕ ਪਾਸੇ ਜਿਹੜੀ ਜਿੱਤੂ ਸਾਡੇ ਰਾਣਾ ਬੀਕਾਨੇਰੀਆ ਜੋਧਾ ਵਾਲਾ ਭਰਾ 1000 ਰੁਪਇਆ ਆ ਟੇਬਲ ਤੇ ਪਿਆ ਜਿਹੜੀ ਟੀਮ ਜਿੱਤੂਗੀ 1000 ਰੁਪਇਆ ਉਹਨਾਂ ਵੱਲੋਂ ਹੈ ਸਾਨੂੰ ਸ਼ੇਰ ਕਹਾਣੀ ਪੈ ਗਈ ਕੌਡੀ ਲਓ ਸਾਹਮਣੇ ਰੇਡ ਪੈ ਗਈ ਆ ਮੇਰੇ ਵੀਰੇ ਜਾਫੀ ਚਾਰ ਤਿਆਰ ਨੇ ਇਹ ਛੰਨਾ ਵਾਲਾ ਭੂਰੀ ਹੈ ਇਹ ਬਰਨਾਲੇ ਵਾਲਾ ਕਿ ਮੋਟਰ ਮਿੱਤਰਾਂ ਦੀ ਬਿੱਲੋ ਚੱਲ ਬਰਨਾਲੇ ਚੱਲੀਏ ਨੀ ਪਾੜਾ ਨਹੀਂ ਲੱਗਣਾ ਪਾੜਾ ਨਹੀਂ ਲੱਗਣਾ ਇਹ ਬਰਨਾਲੇ ਵਾਲਾ ਭੂਰੀ ਛੰਨਾ ਵਾਲਾ ਮੇਰੇ ਵੀਰੇ ਪੁਆਇੰਟ ਦਾ ਵਾਅਦਾ ਕਰਦਾ ਕਾਲਾ ਕਹਿੰਦੇ ਢੰਡੋਰੀ ਵਾਲਾ
ਬਾਖੇੜ ਕਬੱਡੀ ਨੂੰ ਮੇਰੇ ਵੀਰੇ ਇੰਗਲੈਂਡ ਵੀ ਖੇਡਿਆ, ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ। ਤੇ ਦੂਜੇ ਪਾਸੇ ਚਾਰ ਜਾਫੀ ਹੈ, ਚਾਰਾਂ ਦੇ ਵਿੱਚੋਂ ਇੱਕ ਪਾਸੇ ਲੱਖਾ ਚੀਮਾ ਤੇ ਇੱਕ ਪਾਸੇ ਜੋਤ ਹੈ। ਇਹ ਰਾਮਗੜ੍ਹ ਸਰਦਾਰਾਂ ਦਾ, ਇਹ ਟਰੈਕਟਰਾਂ ਦਾ ਜੇਤੂ ਹੈ, ਇਹ ਮੋਟਰਸਾਈਕਲ ਦਾ ਜੇਤੂ ਹੈ। ਤੇ ਦੂਜੇ ਪਾਸੇ ਕਾਲਾ ਮੇਰੇ ਵੀਰੇ ਢੰਡੋਰੀ ਵਾਲਾ, ਬੱਲੇ ਬੱਲੇ ਹੋ ਗਈ ਮਿੱਤਰੋ, ਅੰਦੇ ਥੋੜੀ ਦੂਰ ਨੇ ਸਮਾਂ ਬੀਤਦਾ ਹੋਇਆ, ਘੜੀ ਦੀਆਂ ਸੂਈਆਂ ਅੱਗੇ ਵੱਲ ਤਾੜੀ ਤੇ ਦਰਸ਼ਕਾਂ ਨੇ ਲਲਕਰਾ ਛੱਡਿਆ। ਅੰਕੜਾ ਰੇਡਰ ਦਾ ਸੰਧੂਆ ਛੇੜਕਾਣੀ ਜਿੱਤਣ ਵਾਲੀ ਟੀਮ ਲਈ ਸਾਡੇ ਰਾਣਾ ਜੋਧਾ ਜੀ ਬੀਕਾਨੇਰੀਆ ਸਾਹਿਬ ਉਹਨਾਂ ਵੱਲੋਂ 1000 ਟੇਬਲ ਤੇ ਪਿਆ। ਪੈਗੀ ਕੌਡੀ ਕਰੀ ਗੱਲ ਕਰਾਂ। ਹਾਂਜੀ, ਉੱਧਰ ਨਾਰੀ ਕਿਤੋਂ ਬਿੱਕੀ ਬਿੰਦਰੀ ਤੇ ਗੁਲਾਬਰੀ ਫੌਜਿਆਂ ਨਾਲ ਭਰਾਵਾਂ ਦਾ ਵੀ ਧੰਨਵਾਦ ਹੈ। ਲਓ ਸਾਹਮਣੇ ਰੇਡ ਪੈ ਗਈ ਆ ਮੇਰੇ ਵੀਰੋ, ਜਾਫੀ ਚਾਰ ਤਿਆਰ ਨੇ, ਦੁੱਗਾ ਵਾਲੇ ਖੁਸ਼ੀ ਦਾ ਸਾਧੂ ਵੀ ਕਹਿੰਦੇ ਜਾਫ ਲਾਈਨ ਦੇ ਵਿੱਚ ਖੜਾ ਮੇਰੇ ਵੀਰੋ। ਔਰ ਸਾਹਮਣੇ ਦੇਖਦੇ ਹਾਂ ਹਲਕਾ ਜਿਹਾ ਮੁਕਾਬਲਾ ਹੈ, ਇਹ ਆ ਕੋਟਲੇ ਵਾਲਾ ਸ਼ੀਰਾ ਤੇ ਪੁਆਇੰਟ ਸਮੇਂ ਨੌਜਵਾਨ ਸੁੱਖਾ ਆਪਣੀ ਟੀਮ ਦੇ ਵਾਸਤੇ ਯੋਗ 3400 ਨੰਬਰ ਆ ਨੁਗਵਾ ਗੱਡੀ ਦਾ। ਕਿਰਪਾ ਕਰਕੇ ਜਿਹੜੇ ਭਰਾਵਾਂ ਦੀਆਂ ਉਹਨੂੰ ਸਾਈਡ ਤੇ ਕਰ ਲਓ, ਗੱਡੀ ਕੱਢਣੀ ਹੈ। ਉਧਰੋਂ ਵੱਡੀਆਂ ਡਿਊਟੀਆਂ ਸਾਡੇ ਸਤਿਕਾਰਯੋਗ ਮੇਰੇ ਵੀਰੋ ਗੁਰਦੀਪ ਸਿੰਘ ਜੀ ਟਪਾਣਾ, ਆ ਡੀਪੀ ਸਾਹਿਬ ਅੰਮ੍ਰਿਤਪਾਲ ਸਿੰਘ ਜੀ, ਹਰਜਿੰਦਰ ਸਿੰਘ ਜੀ ਪੱਪੂ ਘੁੰਮਣ ਤੇ ਸੁੱਖੀ ਘੁੰਮਣ ਜੀ USA ਤੇ ਨਾਲ ਬੱਬੀ ਸੇਖੋ ਜੀ, ਬਈ ਵਾਹ, ਸਾਡੇ ਰਜਿੰਦਰ ਪੱਪੂ ਜੀ ਘੁੰਮਣ, ਸੁੱਖੀ ਘੁੰਮਣ USA ਉਹਨਾਂ ਦੇ ਭਰਾ ਏ, ਬਈ ਬੱਬੀ ਸੇਖੋ, ਕੁਲਦੀਪ ਸਿੰਘ, ਪਰਮਜੀਤ ਸਿੰਘ ਜੀ ਮਹਿਮਾ ਤੇ ਬਈ ਰਾਮਣ ਸ਼ਰਮਾ ਤੇ ਬਿੱਕੀ ਤੇ ਦਲੇਰੀ ਭਰਾਵਾਂ ਨੇ ਵੱਡੀਆਂ ਡਿਊਟੀਆਂ ਨਿਭਾਈਆਂ ਨੇ। ਸਾਹਮਣੇ ਤੱਕ ਰਿਹਾ ਸ਼ੇਰ ਕਹਾਣੀ ਸੁਣਿਆ, ਲਓ ਸਾਹਮਣੇ ਰੇਡ ਪੈ ਗਈ ਹੈ ਮੇਰੇ ਵੀਰੋ, ਜਾਫੀ ਚਾਰ ਬਿਲਕੁਲ ਤਿਆਰੀ ਵਿੱਚ ਹੈ, ਕਿੰਦੀ ਯੋਧਾ ਵਾਲਾ ਵੀ ਤਿਆਰ ਹੈ, ਪਰ ਆ ਕਾਜੂ ਰਣੀ ਕੇ ਵਾਲਾ ਪੂਰਾ ਨਾਂ ਗੱਭਰੂ ਦਾ ਅੰਗਰੇਜ਼ ਸਿੰਘ ਹੈ ਮੇਰੇ ਵੀਰੋ, ਪਰ ਅੰਕ ਸਮੇਤ ਧਾਵੀ ਦੇ ਹਿੱਸੇ ਹੈ। ਤੇ ਇਧਰੋਂ ਤੱਕਦੇ ਆਂਗੇ ਪ੍ਰਦੀਪ ਮੇਰੇ ਵੀਰੋ, ਤੂਫਾਨ ਕੌਡੀ ਪਾਉਂਦਾ ਸਰਦਾਰ ਬਿਕਰਮਜੀਤ ਸਿੰਘ ਜੀ, ਬੇਕਾ ਘੁੰਮਣ ਸਾਹਿਬ ਤੱਕਦੇ ਨੇ ਕਿ ਮੁੰਡੇ ਦੇ ਸਰੀਰ ਚ ਭਰਿਆ ਕੀ ਹੈ, ਛੋਟਾ ਜਿਹਾ ਸਰੀਰ ਹੈ। ਸ਼ੰਮੀ ਲੁਧਿਆਣਾ ਜੀ ਤੱਕਦੇ ਨੇ ਕਿ ਕੀ ਭਰਿਆ ਹੋਇਆ, ਅੱਤ ਕੋਟੀਆਂ ਪਾਈ ਜਾਂਦਾ, ਆਓ ਵੇਖੋ ਅੰਕ ਫੇਰ ਲੈ ਗਿਆ। ਇੱਧਰ ਸੰਧੂਆ ਸਰਦਾਰ ਜਤਿੰਦਰ ਪਾਲ ਸਿੰਘ ਜੀ DSP ਸਾਹਿਬ ਜਲੰਧਰ, ਜਦੋਂ ਦੇ ਆਇਆ ਇਹਦੇ ਲਾ ਵੀਰਾ ਵੀ ਸੁਣ ਕੇ ਜਾਵਾਂਗੇ, ਸਾਡੇ ਭਰਾ ਦਾ ਕਬੱਡੀ ਕੱਪ ਹੈ, ਅਸੀਂ ਵਿਚਕਾਰ ਨਹੀਂ ਜਾਣਾ, ਛੱਡ ਕੇ ਸਾਰਾ ਦੇਖ ਕੇ ਜਾਵਾਂਗੇ। ਧੰਨਵਾਦ ਹੈ ਸਰਦਾਰ ਜਤਿੰਦਰ ਪਾਲ ਸਿੰਘ ਜੀ DSP ਸਾਬਰ ਦਾ, ਸਿਕੰਦਰ ਸਿੰਘ ਜੀ ਚੀਮਾ SHO ਸਾਬਰ ਦਾ, ਔਰ ਹਰਮਨਪ੍ਰੀਤ ਸਿੰਘ ਜੀ ਚੀਮਾ SHO ਸਾਹਿਬਾਨ ਅਮਰਗੜ੍ਹ ਸਾਰੇ ਵੀਰਾਂ ਦਾ, ਤੇ ਸ਼ੰਮੀ ਲੁਧਿਆਣੇ ਦਾ, ਜੀਪੀ ਪ੍ਰਧਾਨ ਦਾ, ਪਿੰਦਰੀ ਸਰਪੰਚ ਦਾ, ਸੋਹੀ ਬ੍ਰਦਰਸ ਦਾ, ਸਾਰਿਆਂ ਦਾ ਗਹਿ ਗੱਦਮਾ ਧੰਨਵਾਦ ਕਰਦੇ ਹਾਂ। ਚਲੋ ਜਵਾਨਾ ਪਾ ਕੌਡੀ, ਸਾਹਮਣੇ ਤੱਕ ਰਿਹਾ ਕਿ ਪ੍ਰਦੀਪ ਤੂਫਾਨ ਕਬੱਡੀ ਪਾ ਰਿਹਾ ਹੈ, ਤੇ ਦੂਜੇ ਪਾਸੇ ਮੁਕਾਬਲਾ ਸਖਤ ਹੈ। ਆਕੜਾ ਪ੍ਰਦੀਪ ਤੂਫਾਨ ਦਾ, ਆਹ ਅਰਜਨ ਦੇ ਤੀਰ ਵਾਂਗ ਉਂਗਲ ਖੜੀ ਕੀਤੀ ਹੈ, ਦਰਸ਼ਕਾਂ ਨੇ ਤਾੜੀ ਦੇ ਨਾਲ ਲਲਕਰਾ ਛੱਡਿਆ। ਸਾਹਮਣੇ ਭੂਰੀ ਕਹਿੰਦੇ ਛੰਨਾ ਵਾਲਾ ਕੌਡੀ ਪਾਉਣ ਦੇ ਲਈ ਮੇਰੇ ਵੀਰੋ ਅੱਗੇ ਵੱਲ ਵਧਦਾ ਹੋਇਆ, ਤੇ ਦੂਜੇ ਪਾਸੇ ਮੁਕਾਬਲਾ ਕਾਜੂ ਆਰਣੀ ਕਾ ਵਾਲਾ, ਇੱਕ ਪਾਸੇ ਭੂਰੀ ਹੈ, ਅੱਗ ਭੂਰੀ ਛੰਨਾ ਵਾਲਾ ਤਾਜਾ ਚੱਲਿਆ। ਇੱਧਰ ਸੰਧੂਆ ਕਹਿੰਦੇ ਸਨਾਈਪਰ ਵਾਰ ਲੁਧਿਆਣੇ ਦਾ ਵੱਡਾ ਨਾਂ ਹੈ, ਸਨਾਈਪਰ ਵਾਰ ਦੇ ਸ਼ੰਮੀ ਲੁਧਿਆਣੇ ਦੇ ਭਰਾ ਰਿੰਕੂ ਵੀਰ ਵੀ ਕਹਿੰਦੇ ਵੱਡੀ ਮੁਬਾਰਕਬਾਦ ਦੇ ਰਹੇ ਹੈ, ਸਨਾਈਪਰ ਵਾਰ ਦੇ ਰਿੰਕੂ ਦਾ ਵੀ ਧੰਨਵਾਦ ਹੈ। ਸਿਆਟਲ ਦੇ ਆਲਮਗੀਰ ਸਾਹਿਬ ਦੀ ਧਰਤੀ ਦੇ ਚੰਨੇ ਦਾ ਵੀ ਧੰਨਵਾਦ ਹੈ, ਗੁਰੀ ਦਾ ਵੀ ਧੰਨਵਾਦ, ਉਚੇਚੇ ਤੌਰ ਤੇ ਆਇਆ। ਆਹ ਦੇਖੋ ਗੁਰਤਾਰ ਸਿੰਘ ਤਾਜ
ਹੈ ਇਹ ਕਾਲੇ ਸੰਘਿਆਂ ਦੀ ਧਰਤੀ ਦਾ ਮੇਰੇ ਵੀਰੇ ਤਾਜਾ ਕਾਲੇ ਸੰਘਿਆਂ ਵਾਲਾ ਫੜਿਆ ਗਿਆ ਰੱਖਿਆ ਗਿਆ ਅੰਗੜਾ ਜੀਤ ਕੋਟ ਨਹੀਂ ਦੇ ਚਲੋ ਜਵਾਨਾ ਪਾ ਕੌਡੀ ਅਗਲਾ ਬੁਗਲੇ ਵਾਲਾ ਦਾ ਮੈਚ ਹੈ 40 ਸਾਲਾਂ ਦਾ ਖੰਡਾ ਖੜਕਣਾ ਪਾਓ ਕੌਡੀ ਕਿਹਨੇ ਪਾਉਣੀ ਹੈ ਖੜੋ ਗਿਰਾ ਖਿਡਾਰੀ ਖੜੇ ਨੇ ਉਡੀਕ ਰਹੇ ਨੇ ਚਲੋ ਜਵਾਨਾ ਪਾ ਕੌਡੀ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਸੁੱਖਾ ਚੌੜੇ ਸੰਘਿਆਂ ਵਾਲਾ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਮੇਰੇ ਵੀਰਿਓ ਗੁਰਪ੍ਰੀਤ ਵੀ ਖੜਾ ਕਿੰਦੀ ਯੋਧਾ ਵਾਲਾ ਖੜਾ ਦਸ ਤਰੀਕਾ ਯੋਧਾ ਦੇ ਕਬੱਡੀ ਕੱਪ ਦੀ ਕੱਲ ਨੂੰ ਬਿਲਾਸਪੁਰ ਰਾਣਾ ਸਾਹਿਬ ਦੇ ਲਾਗੇ ਸਰਨੇ ਬਾੜ ਦੇ ਰਿਸ਼ਤੇਦਾਰਾਂ ਦਾ ਟੂਰਨਾਮੈਂਟ ਹੈ ਇਹ ਹੈ ਯੋਧਾ ਵਾਲਾ ਕਿੰਦੀ ਮੇਰੇ ਵੀਰਿਓ ਤੁਹਾਡੇ ਸਾਹਮਣੇ ਤਕੜਾ ਜਫਾ ਲਾ ਗਿਆ ਕਬੱਡੀ ਟੀਮ ਨੇ ਜੋੜ ਗਿਆ ਸਰਨਿਆ ਭੋਲਾ ਬੰਦੇ ਮਾਰ ਕੌਡੀ ਪਾਉਂਦਾ ਸ਼ੇਰ ਕਹਾਣੀ ਰਵੀ ਭੋਲੇ ਬੰਦੇ ਮਾਰ ਦੀ ਰੇਡ ਪੈ ਗਈ ਹੈ ਉਹ ਚੀਬਿਆਂ ਵਾਲੇ ਲੱਖੇ ਸਕੋਰ ਕਹਿੰਦੇ ਵੀ ਲੇਬਲੀ ਆ ਤਕਰੀਬਨ ਗੱਭਰੂਆ ਜੇ ਫਾਈਨਲ ਖੇਡਣਾ ਨਾ ਜੱਫੇ ਲਾਉਣੇ ਪੈਣੇ ਐ ਜੇ ਫਾਈਨਲ ਖੇਡਣਾ ਜੱਫੇ ਲਾਉਣੇ ਪੈਣਗੇ ਕੋਟਲੀ ਵਾਲੇ ਐ ਪਰ ਆ ਦੇਖੋ ਜੱਫਾ ਲੱਗਿਆ ਇਹ ਸਪਿੰਦਰ ਮਨਾਣੇ ਵਾਲਾ ਮੇਰੇ ਵੀਰੇ ਜਿਹਨੇ ਹੁਣ ਜੱਫਾ ਲਾ ਦਿੱਤਾ ਤੇ ਉਧਰੋਂ ਸਾਡੇ ਸਰਦਾਰ ਬਹਾਦਰ ਸਰਦਾਰ ਹਰਮਪ੍ਰੀਤ ਸਿੰਘ ਜੀ ਚੀਮਾ ਐਸਏ ਤੋਂ ਸਭ ਪੁੱਜੇ ਨੇ ਸਾਡਾ ਵਿੱਕੀ ਭਾਜੀ ਜਾਣਕਾਰੀ ਦੇ ਕੇ ਗਿਆ ਹੈ ਨਾਲ ਹਰਪ੍ਰੀਤ ਸਿੰਘ ਜੀ ਸਰਪੰਚ ਬਿਸ਼ਨਗੜ੍ਹ ਤੇ ਗੁਰਚਰਨ ਸਿੰਘ ਜੀ ਸਰਪੰਚ ਸਾਡੇ ਕੁਲਦੀਪ ਸਿੰਘ ਜੀ ਮੇਰੇ ਵੀਰਿਓ ਰੰਗੀ ਸਾਹਿਬ ਤੇ ਨਾਲ ਸਾਡੇ ਨਿਰੰਗ ਸਿੰਘ ਜੀ ਸੰਘਾੜੀ ਤੇ ਨਾਲ ਅੰਮ੍ਰਿਤ ਬਾਈ ਆਪਸੇ ਤੌਰ ਤੇ ਉਹ ਵੇਖੋ ਮੁਕਾਬਲਾ ਸਖਤ ਹੈ ਇਹ ਜੱਫਾ ਤਕੜਾ ਇਹ ਕਹਿੰਦੇ ਕੀ ਗੱਲ ਹੋਣੀ ਹੈ ਸਮਾਂ ਦੱਸੂ ਇੱਕ ਪਾਸੇ ਪਿੱਲਾ ਤੇ ਦੂਜੇ ਪਾਸੇ ਬੱਬਰ ਸ਼ੇਰ ਮੇਰੇ ਵੀਰੋ ਸ਼ੀਰਾ ਅੱਜ ਕਮਾਲ ਕਰ ਗਿਆ ਤੂਫਾਨ ਆ ਗਿਆ ਤੂਫਾਨ ਆ ਗਿਆ ਮੇਰੇ ਵੀਰੋ ਇਹ ਤੂਫਾਨ ਨੀ ਜਿਹੜਾ ਕਹਿੰਦੇ ਵੀ ਬਰਬਾਦੀ ਕਰ ਜਾਂਦਾ ਪਰ ਇਹ ਕਬੱਡੀ ਦਾ ਤੂਫਾਨ ਹੈ ਇਹ ਫੁਰਤੀਲਾ ਇਹ ਤਿੱਖਾ ਇਹਨੂੰ ਸੰਧੂ ਭਰਾਵਾਂ ਨੇ ਤੂਫਾਨ ਦਾ ਨਾਂ ਦਿੱਤਾ ਇਹ ਹੈ ਕਬੱਡੀ ਦਾ ਤੂਫਾਨ ਢੰਡੋਰੀ ਵਾਲਾ ਪ੍ਰਦੀਪ ਸਿੰਘ ਪੁਆਇੰਟ ਦਾ ਵਾਅਦਾ ਕਰਦਾ ਤੂਫਾਨ ਮੇਰੇ ਵੀਰੋ ਢੰਡੋਰੀ ਵਾਲਾ ਹੈ ਇਹਨੂੰ ਸੰਧੂ ਭਰਾ ਤੁਹਾਡੇ ਦਾਸਾਂ ਨੇ ਤੂਫਾਨ ਦਾ ਨਾਂ ਦਿੱਤਾ ਬਾਕੀ ਤੂਫਾਨ ਹੈ ਮੁੰਡਾ ਸਾਹਮਣੇ ਤੱਕਦਾ ਕਿ ਪੂਰੀ ਖੰਨਾ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਲੈ ਵੀ ਜੋਤਾਂ ਵਾਲਿਆ ਇੱਕ ਪਾਸੇ ਕਿੰਦੀ ਹੈ ਤੇ ਦੂਜੇ ਪਾਸੇ ਸਤਨਾਮ ਹੈ ਸਰਪੰਚ ਮੇਰੇ ਵੀਰਿਓ ਉਹ ਵੀ ਵਿਸ਼ੇਸ਼ ਤੌਰ ਤੇ ਦੁੱਕਾਂ ਵਾਲੇ ਖੁਸ਼ੀ ਦਾ ਸਾਧੂ ਕਮਾਲ ਕਰੀ ਜਾਂਦਾ ਹੈ ਪਰ ਆਹ ਪੂਰੀ ਖੰਨਾ ਵਾਲਾ ਅੰਕ ਆਪਣੀ ਟੀਮ ਨੇ ਜੋੜ ਗਿਆ ਹੈ ਕਾਲਾ ਢੰਡੋਰੀ ਵਾਲਾ ਕੌਡੀ ਪਾਉਣ ਦੇ ਲਈ ਲੋ ਕਾਲਾ ਢੰਡੋਰੀ ਵਾਲੇ ਚੰਨੇ ਆਲਮਗੀਰ ਦੇ ਵੱਲੋਂ ਕਿੰਦੀ ਯੋਧਾ ਲਈ 500 ਦੇ ਵੱਡੇ ਮਾਣ ਪੁੱਜੇ ਕਿੰਦੀ ਯੋਧਾ ਦੇ ਲਈ ਇੱਧਰ ਕਹਿੰਦੇ ਬਲੀਤ ਸੂਰੀ ਦਾ ਵੀ ਧੰਨਵਾਦ ਹੈ ਲੁਧਿਆਣੇ ਤੋਂ ਬਲੀਤ ਸੂਰੀ ਜੀ ਪਰ ਇੱਧਰ ਦੇਖੋ ਇਹ ਹੈ ਕਾਲਾ ਢੰਡੋਰੀ ਵਾਲਾ ਔਰ ਦੂਸਰੇ ਬੰਨੇ ਜੋਤ ਰਾਮਗੜ੍ਹ ਸਰਦਾਰਾਂ ਵਾਲਾ ਨਹੀਂ ਡੱਕ ਸਕਿਆ ਇੱਕ ਹੋਰ ਪੁਆਇੰਟ ਇਸ ਵੇਲੇ ਮੌੜਾਂ ਦੀ ਟੀਮ ਲਈ ਹਾਲੇ ਤਾਂ ਤੀਰ ਕਮਾਨ ਚ ਹੈ ਕੁਝ ਵੀ ਹੋ ਸਕਦਾ ਹਾਲੇ ਤਾਂ ਯਾਰ ਮੈਦਾਨ ਚ ਹੈ ਸਰਦਾਰ ਸਾਡੇ ਕੁਲਦੀਪ ਭਾਜੀ ਜੋ ਸਾਡੇ ਵਿਕਰਮਜੀਤ ਸਿੰਘ ਜੀ ਬਿੱਕਾ ਘੁੰਮਣ ਉਹਨਾਂ ਦੇ ਰਿਸ਼ਤੇਦਾਰ ਹੈ ਉਹਨਾਂ ਦੇ ਗਾਂ ਰਿਸ਼ਤੇਦਾਰ ਸਰਦਾਰ ਨਿਰੰਗ ਸਿੰਘ ਜੀ ਆੜਤੀਆ ਸੰਘਾਲੀ ਵਾਲੇ ਫੁੱਫੜ ਜੀ ਕਿਉਂਕਿ ਗੁਰਮੀਤ ਯੂ ਐਸ ਏ ਵਾਲੇ ਦੇ ਮਾਮਾ ਜੀ ਹੈ ਵੱਡਾ ਸਤਿਕਾਰ ਕਰਦੇ ਆ ਸੰਧੂ ਭਰਾਵਾਂ ਦਾ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਤੇ ਨਾਲ ਗੁਰਚਰਨ ਸਿੰਘ ਜੀ
ਆ ਰੰਗੀ ਸਾਬਕਾ ਸਰਪੰਚ ਮੁਹੰਮਦਗੜ੍ਹ ਪੁੱਜੇ ਨੇ, ਅੰਮ੍ਰਿਤ ਬਿਰਕ ਪੁੱਜਿਆ ਸਾਡਾ ਭਰਾ ਮੁਹੰਮਦਗੜ੍ਹ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ, ਸਾਡੇ ਵਿੱਕੀ ਪਾਲ ਦਾ ਵੀ ਤਹਿ ਦਿਲੋਂ ਧੰਨਵਾਦ। ਹਾਂਜੀ ਸਾਡੇ ਸਤਿਕਾਰਯੋਗ ਸਰਦਾਰ ਬਿਕਰਮਜੀਤ ਸਿੰਘ ਜੀ, ਬਿੱਕਾ ਘੁੰਮਣ ਉਹਨਾਂ ਦੀ ਪੂਰੀ ਟੀਮ ਵੱਲੋਂ ਤਹਿ ਦਿਲੋਂ ਧੰਨਵਾਦ ਹੈ। ਹਾਂ ਪਊਆ ਸੁਣਾਵਾਂਗੇ ਜੀ, ਆ ਮੈਚ ਨਾਲ ਦੀ ਨਾਲ ਸਮਾਪਤ ਹੋ ਜਾਣਾ। ਹੈਲੋ, ਹਾਂਜੀ ਇੱਕ ਮਿੰਟ ਲੈਣਾ। ਪਨੀਰ ਦਸੂਰੀ ਤੇ ਬਨੀਰ ਦਸੂਰੀ ਸਾਡਾ ਵੀਰ ਦੁਬਈ ਵਾਲੇ, ਉਹਨਾਂ ਦਾ ਗਾਇਕ ਗਾਡਮਾ ਯੋਗਦਾਨ, ਬਨੀਤ ਤੇ ਪਨੀਤ ਸੂਰੀ ਦਵਾਈ ਵਾਲੇ ਦਾ ਤਹਿ ਦਿਲੋਂ ਥੈਂਕ ਯੂ ਹੈ। ਹਾਂਜੀ ਸਾਹਮਣੇ ਦੇਖੋ ਰੇਲ, ਸਾਡਾ ਵਿੱਕੀ ਲਾਂਗੜੀਆਂ ਵਾਲਾ ਭਰਾ ਪੁੱਜਿਆ ਅਰਵਿੰਦਰ ਜਲਾਲ ਦੇ ਨਾਲ, ਭਾਈਆਂ ਨਾਲ ਗੂੜਾ ਪਿਆਰ ਹੈ, ਤਹਿ ਦਿਲੋਂ ਧੰਨਵਾਦ। ਦਰਸ਼ਕ ਵੀਰ ਤੂਫਾਨ ਆ ਗਿਆ, ਰੇਡ ਪਾਉਣ ਤੋਂ ਪਹਿਲੇ ਤਾੜੀ ਮਾਰ ਦੋ ਜੇ ਮੁੰਡੇ ਨੂੰ ਭਜਾਉਣਾ, ਨਹੀਂ ਤਾਂ ਜੱਫਾ ਵੀ ਲੱਗ ਸਕਦਾ। ਇੱਕ ਪਾਸੇ ਤੂਫਾਨ ਨੂੰ ਰੋਕਣ ਵਾਸਤੇ ਤਿੰਨ ਖੜ ਗਿਆ, ਉਹ ਚਾਰ ਹੁੰਦੇ ਆ, ਇਹ ਤੂਫਾਨ ਹੈ। ਆ ਆ ਬਈ ਵਾਹ, ਦਰਸ਼ਕ ਨਚਾਤੇ ਓਏ ਸੰਧੂਆ, ਤੂਫਾਨ ਨੇ ਦੁਨੀਆ ਨਚਾਤੀ। ਚਲੋ ਦੁਨੀਆ ਸੋਚ ਵੀ ਆਉਣੀ ਹੈ ਕਿ ਨਿਕਲਿਆ ਜਾ ਜਵਾਕ ਹੈ। ਆਓ ਸ਼ਿਕਾਰ ਮਾਸ਼ੀਆਂ ਵਾਲਾ ਕੁਲਦੀਪ ਵੀ ਖੜ ਗਿਆ ਜਾਫ ਲੈਣ ਦੇ ਵਿੱਚ, ਸੰਧੂਆ ਸਾਹਮਣੇ ਤੱਕਾਂਗੇ ਸੁੱਖਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ, ਪਰਲੇ ਪਾਸੇ ਚਾਰ ਜਾਫੀ ਹੈ, ਚਾਰਾਂ ਦੇ ਵਿੱਚੋਂ ਕਿਹੜੇ ਪਪਰਸ਼ੇ ਨਾਲ ਮੁਕਾਬਲਾ ਹੋਣਾ। ਹੰਡੇ ਦੂਰ ਨੇ ਇੱਕ ਪਾਸੇ ਕਿੰਦੀ ਯੋਧਾ ਵਾਲਾ ਤੇ ਦੂਜੇ ਪਾਸੇ ਸੋਖਾ ਮਨੂ ਭਗਵਾਨਪੁਰੀਆ, ਸਾਡਾ ਭਰਾ ਮੇਰੇ ਵੀਰੋ ਆਸਟ੍ਰੇਲੀਆ ਵੱਸਦਾ, ਸਾਡਾ ਵਿਸ਼ਾਲ ਆਸਟ੍ਰੇਲੀਆ ਜੰਗ ਪ੍ਰਮਾਣ ਖੁਰਦਾ ਵਾਲਾ ਉਹਨਾਂ ਦੀ ਟੀਮ ਖੇਡਦੀ ਹੈ। ਇੱਧਰ ਸਾਡੇ ਨਿੰਮਾ ਮਾਈ ਜੀ ਸ਼ੇਰਪੁਰ ਵਾਲੇ, ਉਹਨਾਂ ਵੱਲੋਂ ਤੂਫਾਨ ਲਈ 200 ਦੇ ਮਾਨ ਨੇ। ਇੱਧਰੋਂ ਸਿਆਟਲ ਵਾਲਾ ਚੰਨਾ ਸਾਡਾ ਭਰਾ ਕਹਿੰਦਾ ਕਹਿੰਦੇ ਸੰਧੂ ਭਰਾ ਦੋ, ਆ ਤੁਸੀਂ ਤੂਫਾਨ ਰੱਖਿਆ ਨਾ ਇਸ ਗੱਭਰੂ ਦਾ, ਤਾਂ ਮੇਰੇ ਵੱਲੋਂ 1000 ਦੇ ਦਿਓ। ਚੰਨੇ ਆਲਮਗੀਰ ਵੱਲੋਂ ਤੂਫਾਨ ਦੇ ਲਈ 1000 ਦਾ ਵੱਡਾ ਮਾਨ, ਥੈਂਕ ਯੂ ਮੈਚ ਜਿਹੜਾ ਸਮਾਪਤ ਹੋ ਗਿਆ। ਦੋਸਤੋ ਮੈਚ ਤੁਸੀਂ ਦੇਖ ਲਿਆ, ਇਸ ਮੈਚ ਦੇ ਵਿੱਚੋਂ ਭਗਵਾਨਪੁਰ ਦੀ ਟੀਮ ਜਿਹੜੀ ਉਹ ਵਿਨਰ ਰਹੀ ਹੈ, ਭਗਵਾਨਪੁਰ ਦੇ 35.5 ਪੁਆਇੰਟ ਰਹੇ ਨੇ ਔਰ ਮੌੜਾਂ ਦੀ ਟੀਮ ਸਿਰਫ 30 ਪੁਆਇੰਟ ਲੈ ਸਕੀ ਹੈ। ਇਹ ਮੈਚ ਤੁਹਾਨੂੰ ਕਿਹੋ ਜਿਹਾ ਲੱਗਿਆ, ਕਿਹੜੇ ਪਸੰਦੀਦਾ ਖਿਡਾਰੀ ਤੁਹਾਡੇ ਇਸ ਮੈਚ ਦੇ ਵਿੱਚ ਖੇਡੇ, ਉਹਨਾਂ ਦੇ ਨਾਮ ਕਮੈਂਟ ਬਾਕਸ ਜ਼ਰੂਰ ਲਿਖ ਦਿਓ ਔਰ ਸਾਡੀਆਂ ਇਹਨਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਆ ਕਰੋ। ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਾਂਦੇ ਜਾਂਦੇ ਯੂਟਿਊਬ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਕਬੱਡੀ ਨੂੰ ਲੈ ਕੇ ਇਸ ਚੈਨਲ ਦੇ ਉੱਤੇ ਪਾਉਂਦੇ ਰਹਿੰਦੇ ਹਾਂ। ਤੁਹਾਡਾ ਸਾਰਿਆਂ ਦਾ ਧੰਨਵਾਦ।